ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਮੇਂ ਚੋਂ ਸਮਾਂ ਕੱਢਦੇ ਹੋਏ ਹਾਜ਼ਰੀਆਂ ਭਰ ਕੇ ਸਮਾਂ ਸਫਲਾ ਬਣਾ ਰਹੇ ਹੋ। ਮਨ ਵਿਅਕਤੀਆਂ ਨੂੰ ਸਾਹਿਬ ਦੇ ਚਰਨਾਂ ਨਾਲ ਜੁੜੀਏ। ਗੁਰ ਇਤਿਹਾਸ ਦੀ ਪਾਵਨ ਲੜੀਵਾਰ ਕਥਾ ਜਿਸ ਵਿੱਚ ਆਪ ਜੀ ਨੇ ਸੁਣਿਆ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਉਚਾਰਨ ਕਰਕੇ ਬੇਣੀ ਪੰਡਿਤ ਦਾ ਹੰਕਾਰ ਤੋੜਿਆ। ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ। ਧਾਰਮਿਕ ਗ੍ਰੰਥਾਂ ਨਾਲ ਭਰੇ ਹੋਏ ਗੱਡੇ ਆਪਣੇ ਹੱਥੀ ਵਿਆਸਾ ਦਰਿਆ ਵਿੱਚ ਪੰਡਿਤ ਬੇਣੀ ਨੇ ਰੋੜ ਦਿੱਤੇ। ਮਨ ਵਿਅਕਤੀਆਂ ਨੂੰ ਗੁਰੂ ਪ੍ਰੇਮ ਵਿੱਚ ਜੋੜ ਕੇ ਦਿਨ ਰਾਤ ਸੇਵਾ ਕਰਦਾ ਰਿਹਾ। ਲੱਗਦਾ ਹੀ ਨਹੀਂ ਕਿ ਉਹ ਸਭਾਦਿਤ ਪੰਡਿਤ ਹੈ ਜਿਹਦੇ ਨਾਮ ਤੋਂ ਦੁਨੀਆ ਡਰਦੀ ਸੀ। ਆਪਣਾ ਮਨ ਗੁਰੂ ਨੂੰ ਵੇਚਿਆ, ਗੁਰੂ ਦਾ ਰੂਪ ਬਣ ਗਿਆ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪਾਂ ਨੇ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਵਿਅਕਤੀਆਂ ਨੂੰ ਇਕਾਗਰ ਚਿੱਤ ਕਰੀਏ। ਸੁਰਤ ਕਰਕੇ, ਧਿਆਨ ਕਰਕੇ ਚੱਲੀਏ ਗੋਇੰਦਵਾਲ ਸਾਹਿਬ। ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਗਜ ਵਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਤੇ ਫਿਰਿਓ ਕਟਾਰਾ, ਸੇਵਕ ਰਹੇ ਬਹੁਤ ਗੁਰਦੁਆਰਾ। ਨਿਤਾਣਿਆਂ ਦੇ ਤਾਣ ਸਤਿਗੁਰੂ ਨੇ, ਓਟਿਆਂ ਦੀ ਓਟ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀਆਂ ਦੇ ਪਾਵਨ ਦਰਬਾਰ ਵਿੱਚ ਜਿੱਥੇ ਸੰਗਤਾਂ ਦੀ ਕੋਈ ਗਿਣਤੀ ਨਹੀਂ, ਉੱਥੇ ਪਿਛਲੇ ਕਈ ਮਹੀਨਿਆਂ ਤੋਂ ਦੋ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਸੇਵਾ ਕਰ ਕਰਕੇ ਆਪਣਾ ਮਨ ਸੋਧ ਲਿਆ। ਕਦੇ ਵੀ ਸੰਗਤ ਵਿੱਚ ਮੋਹਰੀ ਹੋ ਕੇ ਨਹੀਂ ਰਹਿੰਦੇ,
ਸੇਵਾ ਸਭ ਤੋਂ ਵੱਧ ਕਰਨੀ ਹੈ ਪਰ ਕਦੇ ਆਪਾ ਜਿਤਾਇਆ ਹੀ ਨਾ। ਇਹਨਾਂ ਦੇ ਵਿੱਚੋਂ ਇੱਕ ਸਨ ਭਾਈ ਫਰੀਆ ਜੀ, ਦੂਜੇ ਗੁਰਸਿੱਖ ਦਾ ਨਾਂ ਸੀ ਭਾਈ ਕਟਾਰਾ ਜੀ। ਇਹ ਪੰਜਾਬ ਦੇ ਰਹਿਣ ਵਾਲੇ ਨਹੀਂ ਸਨ, ਕਿਸੇ ਦੂਰ ਦੇਸ਼ ਤੋਂ ਆਏ। ਭਾਰਤ ਵਰਸ਼ ਇਸੇ ਕਰਕੇ ਭਾਰਤ ਹੈ, ਇਹ ਛੋਟੇ ਛੋਟੇ ਦੇਸ਼ਾਂ ਦਾ ਸਮੂਹ ਹੈ ਜਿਹਨੂੰ ਸਟੇਟ ਕਹਿ ਦਿੰਦੇ ਆ। ਹਰ ਦੇਸ਼ ਦਾ, ਹਰ ਸਟੇਟ ਦਾ ਆਪਣਾ ਕਾਇਦਾ ਹੈ, ਆਪਣੇ ਰਾਜੇ ਨੇ, ਆਪਣੇ ਕਾਨੂੰਨ। ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਵੱਡੀਆਂ ਸੀ। ਬਿਹਾਰ ਵੀ ਇੱਕ ਦੇਸ਼ ਮੰਨਿਆ ਜਾਂਦਾ ਸੀ, ਪੂਰਬ ਦਾ ਦੇਸ਼। ਗੁਰੂ ਸਾਹਿਬ ਨੇ ਲਿਖਿਆ, ਗੁਰੂ ਕਲਗੀ ਧਰ ਜੀ ਨੇ, ਮੁਰਪਿਤ ਪੂਰਬ ਕੀਰਸ ਬਿਆਨਾ ਪਾਤ ਪਾਤ ਕੇ ਤੀਰਥ ਨਾਨਾ। ਉਹ ਪੂਰਬ ਦਾ ਦੇਸ਼ ਜਿਹਦੇ ਵਿੱਚ ਬਿਹਾਰ ਦਾ ਇਲਾਕਾ, ਬੰਗਾਲ ਦਾ ਇਲਾਕਾ। ਭਾਈ ਫਰਈਆ ਤੇ ਭਾਈ ਕਟਾਰਾ ਜੀ ਕਿਸੇ ਦੂਰ ਦੇਸ਼ ਤੋਂ ਆਏ, ਜਿਵੇਂ ਕਿ ਯੂਪੀ ਉੱਤਰ ਪ੍ਰਦੇਸ਼। ਸਤਿਗੁਰਾਂ ਦੇ ਦਰ ਦੀ ਸੇਵਾ ਕਰਦੇ ਨੇ, ਕਦੇ ਆਪਾਂ ਕਿਸੇ ਨੂੰ ਜਿਤਾਇਆ ਨਹੀਂ, ਦੱਸਿਆ ਹੀ ਨਹੀਂ ਅਸੀਂ ਕਿੱਥੋਂ ਆਏ ਹਾਂ। ਪਰ ਦੀਨ ਦੁਨੀਆਂ ਦੇ ਮਾਲਕ ਘਟਾਂ ਘਟਾਂ ਦੀਆਂ ਜਾਣਦੇ ਨੇ। ਸਤਿਗੁਰੂ ਸਿੱਖ ਸੰਗਤਾਂ ਨੂੰ ਪੁੱਛਦੇ ਨੇ, ਇਹ ਭਾਈ ਸੇਵਾ ਚ ਕੋਈ ਕੂੜਤਾਈ ਤੇ ਨਹੀਂ ਕਰਦੇ, ਲੜਦੇ ਤੇ ਨਹੀਂ ਕਿਸੇ ਸਿੱਖ ਨਾਲ, ਮੰਦਾ ਚੰਗਾ ਸ਼ਬਦ ਤੇ ਨਹੀਂ ਬੋਲਦੇ। ਗੁਰੂ ਕੀਆਂ ਸੰਗਤਾਂ ਬੇਨਤੀ ਕਰਦੀਆਂ, ਮਹਾਰਾਜ ਇਹ ਤੇ ਸਵੇਰ ਤੋਂ ਲੱਗ ਜਾਂਦੇ ਆ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਰਾਤ ਕਦੋਂ ਹੋਈ। ਇੰਨੀ ਭਾਵਨਾ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ। ਇੱਕ ਦਿਨ ਇੱਕ ਦਿਨ ਤਿੰਨ ਕੋ ਦੇਖ ਗੁਸਾਈ, ਪੈ ਪਰਸਨ ਬਖਸ਼ ਬੇਤਾਈ। ਬੜੇ ਦਿਨ ਤੱਕ ਸਤਿਗੁਰੂ ਆਪ ਵੇਖਦੇ ਰਹੇ ਭਾਈ ਫਰਈਆ ਜੀ ਤੇ ਭਾਈ ਕਟਾਰਾ ਜੀ ਨੂੰ, ਆਵਾਜ਼ ਕਰਦੇ ਨੇ ਗੁਰੂ ਸਾਹਿਬ। ਇੱਕ ਦਿਨ ਫਿਰ ਮਰਦ ਪ੍ਰਸੰਨ ਆਉਂਦੇ, ਕਿਉਂਕਿ ਸਿੱਖਾਂ ਦੀ ਵਡਿਆਈ ਇਹ ਸੀ ਵੀ ਸੇਵਾ ਕਰਕੇ ਉਹ ਕਦੇ ਅਰਦਾਸ ਚ ਮੰਗਦੇ ਨਹੀਂ ਸੀ, ਮਹਾਰਾਜਾ ਦੇ ਦਿਓ। ਤੇ ਗੁਰੂ ਨੂੰ ਪਿਆਰਾ ਹੀ ਉਹ ਲੱਗਦਾ ਜਿਹੜਾ ਮੰਗਦਾ ਕੁਛ ਨੀ ਆਖੋ ਸਕਦਾ। ਸਾਡਾ ਕੋਈ ਗੁਆਂਢੀ ਹੋਵੇ, ਮਿੱਤਰ ਹੋਵੇ, ਰਿਸ਼ਤੇਦਾਰ ਹੋਵੇ, ਜਿਹੜਾ ਹਰ ਵੇਲੇ ਮੰਗਣ ਤੇ ਹੀ ਲੱਗਾ ਰਹਿੰਦਾ, ਉਹਨੂੰ ਫੋਨ ਕਰਨ ਤੋਂ ਵੀ ਡਰ ਲੱਗਦਾ ਵੀ ਜੇ ਫੋਨ ਕਰ ਲਿਆ ਇਹ ਨਾ ਕਹਿ ਦੇ ਫਲਾਣੀ ਚੀਜ਼ ਦੇ ਦਿਓ। ਤੇ ਜਿਹੜਾ ਇਨਸਾਨ ਚੀਜ਼ ਦਿੱਤਿਆਂ ਤੋਂ ਲਵੇ ਨਾ, ਉਹਦੇ ਨਾਲ ਗੱਲ ਕਰਨ ਨੂੰ ਵਾਰ ਵਾਰ ਦਿਲ ਕਰਦਾ ਵੀ ਇਹ ਇਨਸਾਨ ਲਾਲਚੀ ਨਹੀਂ ਹੈ, ਇਹਨੂੰ ਕੋਈ ਤਮਾ ਨਹੀਂ। ਗੁਰੂ ਅਮਰਦਾਸ ਮਹਾਰਾਜ ਜਾਣਦੇ ਨੇ ਭਾਈ ਫਰਈਆ ਤੇ ਭਾਈ ਕਟਾਰਾ ਜੀ, ਇਹਨਾਂ ਨੇ ਕਦੇ ਲਾਲਚੀ ਨਹੀਂ ਕੀਤਾ ਵੀ ਸਤਿਗੁਰਾਂ ਕੋਲੋਂ ਸੁੱਖ ਮੰਗਾਂਗੇ, ਪਦਾਰਥ ਮੰਗਾਂਗੇ, ਜੱਗ ਦੇ ਸਵਾਰਥ ਮੰਗਾਂਗੇ। ਭਾਵਨਾ ਨਾਲ ਸੇਵਾ ਕਰਦੇ ਨੇ, ਇੱਕੋ ਹੀ ਮਨ ਦੀ ਇੱਛਾ ਰੱਖਦੇ ਨੇ, ਮਹਾਰਾਜ ਪਹਿਲਾਂ ਸਾਨੂੰ ਸਮਝ ਨਹੀਂ ਸੀ, ਸੋਝੀ ਨਹੀਂ ਸੀ, ਹੁਣ ਸੋਝੀ ਆਈ ਹੈ, ਆਪਣੇ ਤੋਂ ਦੂਰ ਨਾ ਕਰਿਓ। ਸਿੱਖ ਦੀ ਤੇ ਮੰਗ ਸਭ ਤੋਂ ਵੱਡੀ ਇਹ ਹੈ ਵੀ ਪਾਤਸ਼ਾਹ ਜਿਹੜਾ ਜੀਵਨ ਆਪ ਜੀ ਨੇ ਬਖਸ਼ਿਆ ਨਾ, ਗੁਰਮਤ ਵਾਲਾ, ਇਹ ਨਾ ਖੁੱਲੇ, ਦੂਰ ਨਾ ਕਰਿਓ ਆਪਣੇ। ਮਰਦ ਨੇ ਭਾਈ ਬੱਲੂ ਜੀ ਨੂੰ ਆਖਿਆ, ਜਾ ਸਿੱਖਾ, ਗੁਰੂ ਕੇ ਲੰਗਰਾਂ ਦੇ ਵਿੱਚ ਝਾੜੂ ਲਾਉਣ ਦੀ ਸੇਵਾ ਕਰਦੇ ਨੇ ਭਾਈ ਫਰਈਆ ਤੇ ਭਾਈ ਕਟਾਰਾ ਜੀ, ਨਾਮ ਲੈ ਕੇ ਬੁਲਾ ਕੇ ਸਾਡੇ ਪਾਸ ਆਵੋ।
ਮੁਕਤ ਬੁਲਾਈ ਦੂਜਨ ਠਾਨੀ ਜਹਾਂ ਤੁਮਾਰੇ ਠਿਕਾਨੀ। ਜਦੋਂ ਸਤਿਗੁਰਾਂ ਨੇ ਹੁਕਮ ਭੇਜਿਆ ਭਾਈ ਬੱਲੂ ਜੀ ਬੁਲਾ ਕੇ ਲੈ ਕੇ ਆਏ, ਕਹਿੰਦੇ ਭਾਈ ਫਰਈਆ ਤੇ ਭਾਈ ਕਟਾਰਾ ਜੀ ਥੋੜੇ ਜਿਹੇ ਘਬਰਾਏ ਹੋਏ, ਸ਼ਾਇਦ ਕੋਈ ਗਲਤੀ ਤਾਂ ਨਹੀਂ ਹੋ, ਕਿਸੇ ਸਿੱਖ ਨੇ ਕੋਈ ਸ਼ਿਕਾਇਤ ਨਹੀਂ ਕਰਦੀ। ਜਦੋਂ ਗੁਰੂ ਸਾਹਿਬ ਦੇ ਕੋਲ ਆਏ ਮਹਾਰਾਜ ਬੜੇ ਪ੍ਰਸੰਨ, ਖਿੜੇ ਮੱਥੇ ਮਿਲੇ, ਮੱਥਾ ਟੇਕਿਆ, ਗਲ ਪੱਲਾ ਪਾ ਕੇ ਕੋਲ ਖੜ ਗਏ। ਬਾਬਾ ਗੁਰੂ ਅਮਰਦਾਸ ਆਖਣ ਲੱਗੇ, ਕਹਿੰਦੇ ਸਿੱਖੋ ਤੁਹਾਡੀ ਸੇਵਾ ਤੋਂ ਬੜੇ ਖੁਸ਼ ਹਾਂ, ਕੋਈ ਹਿਰਦੇ ਦੀ ਮੰਗ ਹੋਵੇ, ਕੁਛ ਮੰਗਣਾ ਚਾਹੁੰਦੇ ਹੋ ਨਾ, ਹੁਣੇ ਦੇਵਾਂਗੇ। ਗੁਰੂ ਸਾਹਿਬ ਕੀ ਦਿਆ, ਭਾਈ ਫਰਈਆ ਜੀ ਨੇ ਭਾਈ ਕਟਾਰਾ ਜੀ ਵੱਲ ਵੇਖਿਆ, ਉਹਨੇ ਇਸ਼ਾਰਾ ਕੀਤਾ ਨਹੀਂ ਕੁਛ ਨਹੀਂ ਮੰਗਣਾ। ਬਿਨਾਂ ਮੰਗਿਆਂ ਤੋਂ ਜਿਸ ਗੁਰੂ ਨੇ ਆਪਣੀ ਸੰਗਤ ਬਖਸ਼ੀ, ਬਿਨਾਂ ਮੰਗਿਆਂ ਤੋਂ ਜਿਸ ਦਾਤੇ ਨੇ ਆਪਣੇ ਦਰ ਦੀ ਸੇਵਾ ਬਖਸ਼ੀ, ਉਸ ਗੁਰੂ ਤੋਂ ਮੰਗ ਕੇ ਹੁਣ ਸ਼ਰਮਿੰਦੇ ਨਹੀਂ ਹੋਣਾ, ਆਪਣਾ ਤੇ ਬਣਾ ਲਿਆ। ਮਰਦ ਦਿਲਾਂ ਨੂੰ ਜਾਣਦੇ ਆ, ਹਿਰਦਿਆਂ ਨੂੰ ਜਾਣਦੇ ਵੀ ਇਹਨਾਂ ਦੀ ਮੰਗ ਕੋਈ ਨਹੀਂ। ਗੁਰੂ ਪਾਤਸ਼ਾਹ ਨੇ ਫੇਰ ਪੁੱਛਿਆ, ਕਹਿੰਦੇ ਕਿਹੜੇ ਇਲਾਕੇ ਤੋਂ ਆਏ ਹੋ, ਦੂਰੋਂ ਆਏ ਹੋ ਭਾਈ, ਜੋ ਚਾਹੀਦਾ ਲੈ ਜਾਓ ਸਾਡੇ ਕੋਲ, ਅੱਜ ਪ੍ਰਸੰਨ ਆ, ਮੰਗੋਗੇ ਖਾਲੀ ਹੋੜਾਂਗੇ ਨਹੀਂ। ਜਦੋਂ ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਨੂੰ ਕੁਛ ਨਹੀਂ ਚਾਹੀਦਾ, ਆ ਵੀ ਤੇ ਗੁਰੂ ਦੀ ਕਿਰਪਾ ਹੈ ਵੀ ਗੁਰੂ ਕੋਲ ਖੜ ਕੇ ਐਡਾ ਸਬਰ ਸ਼ੁਕਰ ਸੰਤੋਖ ਬਣ ਗਿਆ ਵੀ ਪਾਤਸ਼ਾਹ ਕਿਸੇ ਵਸਤੂ ਦੀ ਲੋੜ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਪੁੱਛਦੇ, ਕਹਿੰਦੇ ਤੁਹਾਡੇ ਇਲਾਕੇ ਵਿੱਚ, ਤੁਹਾਡੇ ਦੇਸ਼ ਵਿੱਚ ਇਹ ਦੱਸੋ ਉਪਦੇਸ਼ ਕਿਹਦਾ ਹੈ, ਮਤਲਬ ਧਰਮ ਕਿਹੜਾ ਹੈ, ਕਿਉਂਕਿ ਭਾਰਤ ਵਰਸ਼ ਦੀ, ਹਿੰਦੁਸਤਾਨ ਦੀ ਇੱਕ ਖੂਬਸੂਰਤੀ ਹੈ, ਇੱਥੇ ਹਰ ਇਲਾਕੇ 'ਚ ਵੱਖੋ ਵੱਖਰਾ ਧਰਮ ਹੈ, ਆਪੋ ਆਪਣੀ ਬੋਲੀ ਹੈ, ਆਪੋ ਆਪਣੇ ਰੰਗ ਰੂਪ ਨੇ, ਕਿੰਨੀਆਂ ਭਾਸ਼ਾਵਾਂ ਨੇ ਭਾਰਤ ਵਰਸ਼ ਵਿੱਚ, ਕਿੰਨੇ ਤਰ੍ਹਾਂ ਦੇ ਪਹਿਰਾਵੇ ਨੇ ਲੋਕਾਂ ਦੇ। ਗੁਰੂ ਪਾਤਸ਼ਾਹ ਪੁੱਛਦੇ ਆ, ਤੁਹਾਡੇ ਇਲਾਕੇ ਵਿੱਚ, ਤੁਹਾਡੇ ਦੇਸ਼ ਵਿੱਚ ਲੋਕ ਕਿਹਨੂੰ ਗੁਰੂ ਮੰਨਦੇ ਆ, ਕਿਹੜੇ ਧਰਮ ਨੂੰ ਫੋਲੋ ਕਰਦੇ ਆ। ਕੰਮ ਸੇ ਕੰਮ ਪਰਲੋਕ ਦੀ ਗੱਲ ਤੇ ਹਰ ਕਿਤੇ ਹੈ, ਤੁਸੀਂ ਯੂਰਪ ਚਲੇ ਜਾਓ, ਹੈਵਨ ਨੂੰ ਕੌਣ ਨਹੀਂ ਜਾਣਦਾ, ਨਰਕ ਦਾ ਕਿਹਨੂੰ ਨਹੀਂ ਪਤਾ, ਇਸਲਾਮ ਦੀ ਦੁਨੀਆ ਅਰਬ ਦੇਸ਼ਾਂ ਚ ਆ ਜਾਓ, ਦੱਸੋ ਕਿਹਨੂੰ ਨਹੀਂ ਪਤਾ ਨਰਕ ਤੇ ਸਵਰਗ ਦਾ। ਵੱਡਾ ਕੰਟੀਨੈਂਟ ਅਫਰੀਕਾ, ਕਿੰਨੇ ਦੇਸ਼ ਨੇ ਉੱਥੇ, 52 ਤੋਂ 54 ਦੇਸ਼ ਨੇ, ਕਿਹੜਾ ਮੁਲਕ ਨਹੀਂ ਜਾਣਦਾ ਨਰਕ ਤੇ ਸਵਰਗ ਨੂੰ। ਨਾਸਤਕ ਲੋਕਾਂ ਦੀ ਕਿੰਨੀ ਕੰਟਰੀਜ਼ ਨੇ ਨਰਕ ਸਵਰਗ ਦੀ, ਭਾਵੇਂ ਉਹ ਰੱਦ ਕਰਦੇ ਹੋਣ ਵੀ ਅਸੀਂ ਮੰਨਦੇ ਨਹੀਂ, ਪਰ ਨਾਮ ਉਹ ਵੀ ਚੇਤੇ ਕਰੀ ਜਾਂਦੇ ਵੀ ਨਰਕ ਵੀ ਹੈ ਤੇ ਸਵਰਗ ਵੀ ਹੈ। ਤੁਸੀਂ ਜਿਸ ਚੀਜ਼ ਦਾ ਖੰਡਨ ਕਰਦੇ ਹੋ, ਖੰਡਨ ਕਰਨ ਤੋਂ ਪਹਿਲਾਂ ਤੁਸੀਂ ਉਸ ਚੀਜ਼ ਨੂੰ ਅੰਦਰੋਂ ਸਵੀਕਾਰਿਆ ਹੁੰਦਾ। ਤੁਹਾਨੂੰ ਬੜੇ ਲੋਕ ਮਿਲਣਗੇ ਨਾਸਤਕ, ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ। ਠੀਕ ਹੈ, ਜੇ ਨਹੀਂ ਮੰਨਦੇ ਮੰਨ ਲਿਆ, ਫਿਰ ਰੱਬ ਨਾ ਹੋਣ ਦਾ ਰੌਲਾ ਕਿਉਂ ਪਾ ਰਹੇ ਹੈ, ਤੁਸੀਂ ਕਿਉਂ ਜ਼ੋਰ ਲਾਇਆ ਹੋਇਆ ਉਹਦੀ ਹੋਂਦ ਕੋਈ, ਰੱਬ ਹੈ ਨਹੀਂ। ਕਿਤੇ ਨਾ ਕਿਤੇ ਤੁਹਾਡਾ ਮਨ ਵੀ ਮੰਨਦਾ ਵੀ ਉਹ ਹੈ, ਪਰ ਸਾਡੀ ਈਗੋ ਹਉਮੈ ਨੇ ਮੰਨਣਾ ਨਹੀਂ। ਤੇ ਮੰਨ ਲਓ ਦੁਨਿਆਵੀ ਪੱਧਰ ਤੇ ਜਿਹੜੀ ਚੀਜ਼ ਹੁੰਦੀ ਨਹੀਂ ਆਪਾਂ ਕਹਿੰਦੇ ਹਾਂ ਛੱਡ ਉਹਦੀ ਗੱਲ ਨਾ ਕਰ, ਅਸੀਂ ਨਹੀਂ ਕਰਨੀ।
ਪਰ ਨਾਸਤਕ ਲੋਕ ਰੱਬ ਦੀ ਗੱਲ ਜ਼ਿਆਦਾ ਕਰਨਗੇ, ਕਿਤੇ ਨਾ ਕਿਤੇ ਅੰਦਰੋਂ ਮੰਨਦੇ ਨੇ ਪਰ ਆਪਣੇ ਹੰਕਾਰ ਕਰਕੇ ਉਹ ਉਸ ਤਰੀਕੇ ਨਾਲ ਦੁਨੀਆਂ ਨੂੰ ਮੰਨ ਕੇ ਨਹੀਂ ਬਣਾਉਂਦੇ। ਇਸੇ ਤਰ੍ਹਾਂ ਨਰਕ ਤੇ ਸਵਰਗ ਦੀ ਵਾਰਤਾ ਸਾਰਾ ਕੀਤੀ ਹੈ। ਜੋਗੀ ਹੋਣ, ਜੰਗਲ ਹੋਣ, ਸਰੇ ਬੜੇ ਹੋਣ, ਇਸਲਾਮ ਹੋਵੇ, ਕ੍ਰਿਸਚੈਨਿਟੀ ਹੋਵੇ, ਸਿੱਖ ਧਰਮ ਹੋਵੇ, ਹਿੰਦੂ ਧਰਮ ਹੋਵੇ, ਸਭ ਨੇ ਨਰਕ ਸਵਰਗ ਦਾ ਜ਼ਿਕਰ ਕੀਤਾ। ਉਹ ਗੱਲ ਵੱਖਰੀ ਹੈ, ਕਿਸੇ ਨੇ ਉਹਦਾ ਨਾਂ ਕੁਛ ਰੱਖਿਆ, ਕਿਸੇ ਨੇ ਕੁਛ ਰੱਖਿਆ। ਜਿਵੇਂ ਇਸਲਾਮ ਦੇ ਵਿੱਚ ਨਰਕ ਨੂੰ ਦੋਜ਼ਖ ਕਿਹਾ ਜਾਂਦਾ, ਸਵਰਗ ਨੂੰ ਭਿਸਤ ਕਿਹਾ ਜਾਂਦਾ, ਇਹ ਤਾਂ ਹੀ ਅੰਗਰੇਜ਼ੀ ਵਾਲਿਆਂ ਨੇ ਨਾਂ ਰੱਖੇ ਹੋਏ ਆ। ਪਰ ਦੁਨੀਆਂ ਤੇ ਅੱਜ ਵੀ ਕੋਈ ਪਤਾਲ ਦੀ ਧਰਤੀ ਹੋਵੇ, ਲੋਕ ਉਹਨੂੰ ਵੀ ਕਹਿੰਦੇ ਨਰਕ ਦਾ ਦਰਵਾਜ਼ਾ, ਇਹ ਪਤਾਲ ਲੋਕ, ਕੋਈ ਕੰਟਰੀ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਤਿਗੁਰੂ ਕਹਿੰਦੇ ਦੁਨੀਆਂ ਕੀ ਕੰਮ ਕਰਦੀ ਭਾਈ ਉੱਤੇ, ਰੱਬ ਕੋਲ ਜਾਣਾ ਕੌਣ ਚਾਹੁੰਦਾ ਹੈ, ਸਵਰਗ ਦੀ ਗੱਲ ਲੋਕ ਕਿਵੇਂ ਕਰਦੇ ਆ, ਨਰਕਾਂ ਦਾ ਡਰ ਪੈ ਕਿਵੇਂ ਰੱਖਦੇ ਆ। ਗੁਰੂ ਸਾਹਿਬ ਕਹਿੰਦੇ ਤੁਸੀਂ ਦੱਸੋ ਤੁਹਾਡੇ ਇਲਾਕੇ 'ਚ ਪ੍ਰਚਾਰ ਕੀ ਹੈ। ਸੁਭਾਵਿਕ ਹੈ, ਭਾਵੇਂ ਗੁਰਮਤਿ ਪੜ੍ਹੇ ਹੋ, ਭਾਵੇਂ ਕੁਝ ਵੀ ਪੜ੍ਹੇ ਹੋ, ਠੀਕ ਹੈ, ਸਾਨੂੰ ਸਤਿਗੁਰਾਂ ਨੇ ਨਰਕ ਸਵਰਗ ਦਾ ਡਰਾਬਾ ਨਹੀਂ ਦਿੱਤਾ, ਡਰਾਇਆ ਨਹੀਂ ਸਾਨੂੰ। ਰਿਐਲਿਟੀ ਦੱਸੀ ਹੈ ਵੀ ਸਿੱਖਾ, ਇਹ ਤੇਰੇ ਰਾਹ ਦੇ ਰਸਤੇ ਦੇ ਮਾਰਗ ਨਹੀਂ, ਆਪਾਂ ਕੀ ਲੈਣਾ, ਸਾਡਾ ਟਰੈਕ ਵੱਡਾ ਹੈ, ਸਾਡਾ ਰਾਹ ਸਿੱਧਾ ਹੈ, ਅਸੀਂ ਪਗਡੰਡੀਆਂ ਜੰਗਲਾਂ ਦੇ ਰਾਹਾਂ ਵਿੱਚ ਨਹੀਂ ਜਾਣਾ। ਸਾਨੂੰ ਇਹਨਾਂ ਦੀ ਪੂਜਾ ਅਰਚਨਾ, ਇਹਨਾਂ ਦਾ ਡਰਾਬਾ ਗੁਰੂ ਸਾਹਿਬ ਨੇ ਨਹੀਂ ਦਿੱਤਾ, ਬਾਕੀ ਧਰਮਾਂ ਨੇ ਦਿੱਤਾ ਵੀ ਆਹ ਨਰਕ ਹੋ ਜਾਊਗਾ, ਸਵਰਗ ਮਿਲ ਜੂਗਾ, ਫਲਾਣਾ ਹੋ ਜਾਊਗਾ। ਸਾਡੀ ਦੱਸੋ ਇੱਕੋ ਉਪਾਸ਼ਨਾ, ਕੋਈ ਇੱਕ ਬਾਣੀ ਦਾ ਸ਼ਬਦ ਦੱਸੋ ਅੱਜ ਤੱਕ ਸੁਣਿਆ ਪੜ੍ਹਿਆ ਹੋਵੇ ਵੀ ਮਹਾਰਾਜ ਕਹਿੰਦੇ ਸਿੱਖਾਂ ਜੀ ਆਹ ਬਾਣੀ ਪੜ੍ਹੇਗਾ ਨਾ ਸਵਰਗ ਮਿਲ ਜੂਗਾ। ਸੁਣਿਆ, ਇਹੀ ਸੁਣਦੇ ਆ ਵੀ ਨਾਮ ਜਪਾਂਗੇ, ਬੰਦਗੀ ਕਰਾਂਗੇ, ਜੀਵਨ ਮੁਕਤ ਹੋ ਜਾਵਾਂਗੇ, ਜੰਮਾਂਗੇ ਨਹੀਂ, ਮਰਾਂਗੇ ਨਹੀਂ, ਮੁੜਗੇ। ਗੁਰੂ ਸਾਹਿਬ ਨੇ ਜਦੋਂ ਪੁੱਛਿਆ ਭਾਈ ਫਰਈਆ ਤੇ ਭਾਈ ਕਟਾਰਾ ਜੀ, ਕਹਿੰਦੇ ਮਹਾਰਾਜ ਵੀ ਸਾਡੇ ਨਾ ਇਲਾਕੇ ਦੇ ਵਿੱਚ ਬਹੁਤ ਵੱਡਾ ਪਖੰਡ ਹੈ, ਪਖੰਡ ਸਾਰਾ ਕਿਤੇ ਹੁੰਦਾ ਪਰ ਕਈ ਥਾਵਾਂ ਤੇ ਪਖੰਡ ਦੇ ਲੈਵਲ ਬਹੁਤ ਹਾਈ ਹੁੰਦੇ ਨੇ। ਮਹਾਰਾਜ ਲੋਕ ਧਰਮ ਦੇ ਨਾਂ ਤੇ ਡਰਦੇ ਨੇ, ਉੱਥੋਂ ਦੇ ਲੋਕਾਂ ਨੇ, ਧਾਰਮਿਕ ਆਗੂਆਂ ਨੇ ਦੁਨੀਆਂ ਨੂੰ ਭੈਭੀਤ ਕੀਤਾ ਏ। ਜੋ ਹੋਵੇ ਸੋ ਜਾਏ ਹਟਾਓ, ਸਤਨਾਮ ਸਿੱਧੀ ਪ੍ਰਗਟਾਓ। ਸਤਿਗੁਰੂ ਜੀ ਸਾਡੇ ਇਲਾਕੇ ਵਿੱਚ ਜਿਹੜਾ ਮਾਰਗ ਚੱਲਦਾ ਧਰਮ ਦਾ ਉਹ ਹੈ ਯੋਗੀਆਂ ਦਾ, ਯੋਗ ਮਤ ਚੱਲਦਾ। ਹੁਣ ਯੋਗ ਹੈ ਜਿਹੜਾ ਯੋਗੀਆਂ ਦਾ, ਭੋਗੀਆਂ ਦਾ ਥੋੜ੍ਹੀ। ਭੋਗੀ ਕਹਿੰਦੇ ਆ ਪਰਿਵਾਰਕ ਲੋਕ, ਗ੍ਰਹਿਸਥੀ ਲੋਕ, ਤੇ ਯੋਗੀ ਯੋਗ ਕਮਾਉਂਦੇ। ਹੁਣ ਯੋਗ ਦੇ 84 ਆਸਣ, ਠੀਕ ਹੈ, ਜਿਹਨੂੰ ਅਸੀਂ ਯੋਗਾ ਮੰਨਦੇ ਹਾਂ, ਇਹਦੇ 'ਚ ਸਿਰਫ ਐਕਸਰਸਾਈਜ਼ ਹੈ, ਇੱਕ ਦੋ ਛੋਟੇ ਵੱਡੇ ਆਸਣ ਨੇ, ਕਿਹਨੂੰ ਸਾਹ ਚੜਾਉਣੇ ਹੁੰਦੇ ਹੋਣਗੇ। ਕਿਸੇ ਤੁਹਾਡੇ 'ਚ ਕੋਈ ਇੱਦਾਂ ਦਾ ਬੰਦਾ ਹੈ ਜਿਹੜਾ ਯੋਗਾ ਟੀਚਰ ਬਣਿਆ ਫਿਰਦਾ, ਸਵਾ ਚੜਾ ਕੇ ਆਖੇ ਵੀ ਮੈਂ 8 ਘੰਟੇ ਮੈਂ ਵਾਪਸ ਮੇਰਾ ਸੰਸਕਾਰ ਨਾ ਕਰ, ਕੋਈ ਵੀ ਹੈ ਨਹੀਂ। ਅਚਾਰਕ ਐਕਸਰਸਾਈਜ਼ ਕਰਕੇ ਲੋਕ ਆਪਣੇ ਆਪ ਨੂੰ ਯੋਗੀ ਮੰਨਦੇ ਨੇ, ਮਾਫ ਕਰਿਓ, ਯੋਗੀਆਂ ਦਾ ਪਹਿਲਾ ਕਰਮ ਹੈ ਨੇਤੀ ਧੋਤੀ। ਯੋਗ ਕਰਨ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਨੇਤੀ ਧੋਤੀ ਕੀ ਹੁੰਦਾ ਹੈ। ਸਾਡੀ ਤੇ ਭੁੱਖ ਕੰਟਰੋਲ ਨਹੀਂ ਹੋਈ, ਸਾਡੀ ਤੇ ਜ਼ੁਬਾਨ ਕੰਟਰੋਲ ਨਹੀਂ ਹੋਈ, ਅਸੀਂ ਯੋਗੀ ਕਿੱਥੋਂ ਬਣ ਜਾਣਾ ਹੈ। ਉਹਨਾਂ ਸਮਿਆਂ ਦੇ ਯੋਗੀਆਂ ਨੇ ਲੋਕਾਂ ਨੂੰ ਇੰਨਾ ਡਰਾਇਆ ਹੋਇਆ ਸੀ ਉਸ ਦੇਸ਼ ਵਿੱਚ, ਯੂਪੀ ਦੇ ਇਲਾਕੇ ਵਿੱਚ, ਵੀ ਡਰਾ ਡਰਾ ਕੇ ਲੋਕਾਂ ਨੂੰ ਧਰਮ ਵਾਲੇ ਪਾਸੇ ਲਾਇਆ ਸੀ। ਕਿਸੇ ਦੇ ਘਰ ਉਹ ਸੱਪ ਬਣ ਕੇ ਆ ਜਾਂਦੇ ਨੇ, ਯੋਗੀ ਸਿੱਧੀਆਂ ਨੇ ਉਹਨਾਂ ਕੋਲ, ਜੇ ਨਹੀਂ ਪੂਜਾ ਕਰਦੇ ਸੱਪ ਬਣ ਕੇ ਨਿਕਲ ਆਉਂਦੇ ਨੇ, ਕਿਸੇ ਦਾ ਨੁਕਸਾਨ ਕਰ ਦਿੰਦੇ ਨੇ,
ਕਿਸੇ ਦਾ ਗੱਡਾ ਬਲਡਾ ਦਿੱਤਾ, ਕਿਸੇ ਦੇ ਪਸ਼ੂ ਮਾਰ ਦਿੱਤੇ, ਜਿਵੇਂ ਅੱਜ ਕੱਲ੍ਹ ਲੋਕ ਪੀਰਾਂ ਤੋਂ ਡਰਦੇ। ਦੇਖੋ ਜਿੱਥੇ ਡਿਪਰੈਸ਼ਨ ਹੈ ਉੱਥੇ ਧਰਮ ਨਹੀਂ ਹੁੰਦਾ, ਉਹ ਧਰਮ ਕਾਹਦਾ ਜਿਹੜਾ ਤੁਹਾਨੂੰ ਅੱਧ ਮਰਿਆ ਕਰਕੇ ਰੱਖੇ, ਜਿਹੜਾ ਤੁਹਾਨੂੰ ਹਰ ਵੇਲੇ ਸਟ੍ਰੈਸ 'ਚ ਪਾ ਕੇ ਰੱਖੇ, ਉਹ ਧਰਮ ਥੋੜ੍ਹੀ ਹੈ। ਯੋਗੀਆਂ ਦਾ ਧਰਮ ਕਦੇ ਸੀ ਸਹੀ, ਪਰ ਹੌਲੀ ਹੌਲੀ ਜਿਵੇਂ ਸਾਡੇ ਸਿੱਖਾਂ 'ਚ ਮਸੰਦ ਪੈਦਾ ਹੋ ਗਈ, ਕਹਿੰਦੇ ਯੋਗੀਆਂ ਦੇ ਵਿੱਚ ਕੁਝ ਐਸੇ ਯੋਗੀ ਪੈਦਾ ਹੋਏ ਜਿਨ੍ਹਾਂ ਨੇ ਪਖੰਡ ਕਰ ਕਰਕੇ ਕਰਾਮਾਤਾਂ ਸ਼ਕਤੀਆਂ ਦੇ ਨਾਲ ਲੋਕਾਂ ਨੂੰ ਡਰਾਇਆ, ਡਰਾ ਡਰਾ ਕੇ ਆਪਣੇ ਮੱਠਾਂ ਦੀ ਪੂਜਾ ਕਰਾਈ, ਤੇ ਲੋਕ ਸਿੱਧੇ ਸੀ, ਡਰਦੇ ਸੀ ਬਜਾਏ ਕਿ ਸਾਡਾ ਨੁਕਸਾਨ ਨਾ ਹੋਵੇ। ਤੁਸੀਂ ਅੱਜ ਤੱਕ ਜਾ ਕੇ ਸ਼ੇਖ ਫਤਿਹ ਦੇ ਵੇਖੋ, ਤਰਨ ਤਾਰਨ ਦੇ ਵਿੱਚ ਚੰਗੇ ਭਲੇ ਲੋਕ ਗੁਰੂ ਘਰ ਨੂੰ ਮੰਨਣ ਵਾਲੇ ਖੀਰਾਂ ਦੇ ਡੋਲੂ ਚੱਕੀ ਫਿਰਦੇ ਆ, ਦੁੱਧ ਚੱਕੀ ਫਿਰਦੇ ਆ, ਡਰ ਹੀ ਹੈ। ਪੁੱਛੋ ਵੀ ਕਿਉਂ ਜਾਂਦੇ ਹੋ, ਕਹਿੰਦੇ ਵੀ ਸ਼ੇਖ ਫਤਿਹ ਤੇ ਦੁੱਧ ਨਾ ਚੜਾਇਆ, ਖੀਰ ਨਾ ਚੜਾਈ, ਮੱਝ ਨੇ ਦੁੱਧ ਨਹੀਂ ਦੇਣਾ। ਉਹਨਾਂ ਨੂੰ ਪੁੱਛੋ ਵੀ ਡੈਨਮਾਰਕ ਤੇ ਨਾਰਵੇ ਦੀਆਂ ਗਾਵਾਂ ਮੱਝਾਂ ਜਿਹੜੀਆਂ ਉੱਥੇ ਦੀਆਂ ਗਾਵਾਂ ਨੇ, ਉਹ ਕਿਹੜੇ ਸ਼ੇਖ ਫਤਿਹ ਨੂੰ ਮੰਨਦੀਆਂ ਨੇ? ਸੌ ਸੌ ਲੀਟਰ ਦੁੱਧ ਦੇ ਰਹੀਆਂ। ਇਹ ਪੀਰ ਉੱਥੇ ਕਿਉਂ ਨਹੀਂ ਜਾਂਦੇ? ਵੀਜ਼ਾ ਨਹੀਂ ਲੱਗਦਾ, ਜਾਂ ਇਹਨਾਂ ਦੀ ਉੱਥੇ ਐਂਟਰੀ ਨਹੀਂ। ਕਾਰਨ ਕੀ ਹੈ? ਇੱਕ ਧਰਮ ਦੇ ਨਾਂ ਤੇ ਹਊਆ ਬਣਾ ਕੇ ਲੋਕਾਂ ਦੀ ਲੁੱਟ ਕੀਤੀ ਗਈ। ਇਹੀ ਕੁਛ ਬ੍ਰਾਹਮਣ ਨੇ ਕੀਤਾ, ਇਹੀ ਕੁਛ ਯੋਗੀਆਂ ਨੇ ਕੀਤਾ। ਕਹਿੰਦੇ ਮਹਾਰਾਜ ਯੋਗੀਆਂ ਨੇ ਆਪਣਾ ਇੰਨਾ ਕੁ ਬੋਲਬਾਲਾ ਰੱਖਿਆ, ਦੂਜਾ ਤੀਜਾ ਧਰਮ ਉੱਚਾ ਉੱਠਣ ਨਹੀਂ ਦਿੰਦੇ, ਤੇ ਲੋਕ ਡਰਦੇ, ਸਾਰੀ ਜ਼ਿੰਦਗੀ ਉਹਨਾਂ ਦਾ ਹੀ ਪਾਣੀ ਭਰੀ ਜਾਂਦੇ, ਆਪਣੀ ਕਿਰਤ ਕਮਾਈ ਉਹਨਾਂ ਦੇ ਪੈਰੀ ਸੁੱਟ ਆਉਂਦੇ ਆ, ਤੇ ਯੋਗੀ ਜੀ ਦੇ ਘਰ ਆਉਂਦੇ ਜੋ ਮਰਜ਼ੀ ਲੈ ਜਾਂਦੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਭਾਈ ਸਿੱਖੋ, ਜੇ ਤੁਹਾਡੇ ਕੋਲ ਗਿਆਨ ਹੈ, ਤੁਹਾਡਾ ਗਿਆਨ ਕਿਹੜੇ ਕੰਮ, ਜੇ ਤੁਸੀਂ ਯੋਗੀਆਂ ਦਾ ਅੱਡਾ ਹੀ ਨਾ ਪੱਟਿਆ। ਸਤਨਾਮ ਅੱਡਾ ਕਿਹਨਾਂ ਦਾ ਪੱਟਣਾ? ਪਖੰਡ ਕਰਨ ਵਾਲੇ ਆਉਂਦਾ। ਸਿੱਧ ਗੋਸ਼ ਦੀ ਬਾਣੀ ਤੁਸੀਂ ਬੜੀ ਵਾਰ ਪੜ੍ਹੀ ਹੈ, ਬੜੀ ਵਾਰ ਸੁਣੀ ਹੈ, ਉਹਨੂੰ ਪੜ੍ਹ ਕੇ ਵੇਖੋ, ਸਮਝ ਆ ਜਾਣੀ ਹੈ ਵੀ ਜਿਹੜੇ ਅਸੀਂ ਯੋਗ ਮਤ ਦੇ ਪਿੱਛੇ ਤੁਰੇ ਫਿਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਮੰਨਿਆ, ਸਤਿਗੁਰਾਂ ਧੱਜੀਆਂ ਉਲਾਂਦੀਆਂ। ਕਹਿੰਦੇ ਪਖੰਡ ਹੈ, ਕੁਛ ਨਹੀਂ ਹੈ, ਸਰੀਰ ਦੇ ਕੁਝ ਅੰਗਾਂ ਦੀ ਹੇਰ ਫੇਰ ਹੈ, ਇਹਦੇ ਨਾਲ ਗਿਆਨ ਇੰਦਰੇ, ਕਰਮ ਇੰਦਰੇ ਕਦੇ ਕੰਟਰੋਲ ਨਹੀਂ ਹੁੰਦੇ, ਗੱਲਾਂ ਨਾਲ ਥੋੜਾ ਗਿਆਨ ਹੋ ਜਾਂਦਾ। ਹਾਂ, ਇਹਦੇ ਨਾਲ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ, ਕੁਝ ਸੁੱਖ ਮਿਲ ਜਾਂਦੇ ਨੇ, ਕੁਝ ਪਦਾਰਥ ਮਿਲ ਜਾਂਦੇ ਨੇ, ਮੋਹ ਮਾਇਆ ਦਾ ਜਾਲ ਫੇਰ ਵੀ ਹੁੰਦਾ, ਜਿਹਨੂੰ ਸਤਿਗੁਰ ਲਿਖਦੇ ਨੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ। ਮਨ ਆਏ, ਰਿੱਧੀਆਂ ਸਿੱਧੀਆਂ ਮਨ ਦੇ ਤਲ ਤੇ ਰਹਿੰਦੀਆਂ ਨੇ, ਇਹ ਆਤਮਕ ਮੰਡਲ ਚ ਕਦੇ ਨਹੀਂ ਜਾਂਦੀਆਂ, ਉੱਥੇ ਜਾ ਹੀ ਨਹੀਂ ਸਕਦਾ ਬੰਦਾ। ਕਹਿੰਦੇ ਮਹਾਰਾਜ ਉਹਨਾਂ ਯੋਗੀਆਂ ਦੇ ਮੱਠਾਂ ਵੱਲ ਤੇ ਅੱਖ ਭਰ ਕੇ ਵੇਖਣਾ ਵੀ ਔਖਾ ਹੈ, ਉੱਥੇ ਢਾ ਲੈਂਦੇ ਨੇ ਬੰਦੇ ਨੂੰ, ਨੁਕਸਾਨ ਕਰ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਜਾਓ ਫਿਰ ਸਤਨਾਮ ਵਾਹਿਗੁਰੂ ਦਾ ਛੱਡਾ ਦਿਓ, ਲੋਕਾਂ ਦਾ ਭਲਾ ਕਰੋ। ਭਾਈ ਫਰਈਆ ਤੇ ਭਾਈ ਕਟਾਰਾ ਗੱਲ ਪੱਲਾ ਪਾ ਕੇ ਕਹਿੰਦੇ ਮਹਾਰਾਜ ਸਾਡੇ ਤੇ ਕਿਹੜਾ ਜ਼ੋਰ ਹੈ, ਕਿਹੜਾ ਬਲ ਹੈ ਸਾਡੇ ਤੇ, ਅਸੀਂ ਉਹਨਾਂ ਯੋਗੀਆਂ ਨਾਲ ਮੱਥਾ ਲਾ ਲਈਏ? ਉਹਨਾਂ ਸਰੀਰ ਕਮਾਏ ਨੇ, ਰੱਧੀਆਂ ਸਿੱਧੀਆਂ ਇਕੱਠੀਆਂ ਕੀਤੀਆਂ, ਕਰਾਮਾਤਾਂ ਹਾਸਲ ਕਰੀ ਫਿਰਦੇ, ਪਰ ਰੱਬ ਤਾਂ ਨਹੀਂ ਮਿਲਿਆ, ਰੱਬ ਨਹੀਂ ਮਿਲਦਾ। ਹਾਂ, ਜੱਗ ਦੇ ਪਦਾਰਥ, ਜੱਗ ਦੀ ਸ਼ੋਭਾ ਯੋਗੀਆਂ ਨੂੰ ਮਿਲ ਜਾਂਦੀ ਹੈ, ਸਰੀਰ ਤੰਦਰੁਸਤ ਹੋ ਜਾਂਦਾ ਹੈ, ਉਹ ਤਾਂ ਨੈਚੁਰਲ ਗੱਲ ਹੈ। ਤੁਸੀਂ ਖਾਣਾ ਪੀਣਾ ਬਿਲਕੁਲ ਘੱਟ ਕਰਦੇ ਹੋ, ਬਿਲਕੁਲ, ਜਿੱਥੇ ਚਾਰ ਰੋਟੀਆਂ ਖਾਣੀਆਂ ਇੱਕ ਖਾਣੀ ਸ਼ੁਰੂ ਕਰਦੇ ਹੋ। ਦਿਨ ਦੇ ਵਿੱਚ ਕੋਸ਼ਿਸ਼ ਕਰੋ ਵੀ 12 ਘੰਟਿਆਂ 'ਚ 5 ਮਿੰਟ ਵੀ ਬੈੱਡ 'ਤੇ ਨਹੀਂ ਕਰਨਾ, ਫਿਰ ਆਪਣੇ 3 ਮਹੀਨੇ ਬਾਅਦ ਟੈਸਟ ਕਰਾ ਕੇ ਵੇਖਿਓ ਵੀ ਕੀ ਘੱਟ ਹੈ ਅਤੇ ਕੀ ਵੱਧ ਹੈ। ਲੋਕ ਦੁਖੀ ਕਿਉਂ ਨੇ?
ਜੋ ਆਉਂਦਾ ਸਿੱਟੀ ਜਾਂਦੇ ਅੰਦਰ, ਜੋ ਮਿਲ ਗਿਆ ਲਾਲ ਚਾਈਨਾ, ਜੇ ਗੁਰਦੁਆਰੇ ਕਿਤੇ ਖੀਰ ਚੱਲਦੀ ਆਉਂਦੇ ਆਉਂਦੇ, ਜਲੇਬੀਆਂ ਨੇ ਲਾਇਆ ਭਾਈ ਕਿਉਂ ਕਰਿਆ, ਆ ਫਲਾਣੇ ਥਾਂ ਤੇ ਬ੍ਰੈਡ ਪਕੌੜੇ, ਕਹਿੰਦੇ ਭਰਾ ਲਫਾਫਾ ਘਰੇ ਨਾ ਬੰਦੇ ਕੀ ਕਰੂ ਸਰੀ। ਜਦ ਤੱਕ ਸਰੀਰ ਡਸਟਬਿਨ ਬਣਿਆ, ਕੂੜਾਦਾਨ ਬਣਿਆ ਹੋਇਆ, ਫਿਰ ਕੂੜੇਦਾਨ ਚ ਉੱਤੇ ਸਮੈਲ ਹੀ ਆਉਣੀ ਹੈ, ਬਦਬੂ ਹੀ ਆਉਣੀ ਹੈ। ਗੁਰਮਤ ਨੇ ਸਾਨੂੰ ਇਹ ਸੰਜਮ ਦਿੱਤਾ, ਥੋੜਾ ਖਾਣਾ ਏ, ਥੋੜਾ ਬੋਲਣਾ ਏ, ਤੇ ਘੱਟ ਸੌਣਾ। ਘੱਟ ਸੌਣ ਦਾ ਭਾਵ ਕੀ ਹੈ ਬੰਦਿਆ, ਤੈਨੂੰ ਰੱਬ ਨੇ 12 ਘੰਟਿਆਂ ਦੀ ਰਾਤ ਦਿੱਤੀ, ਉਹ ਚੋਂ 8 ਘੰਟੇ ਸੌਣਾ। ਅਸੀਂ ਦਿਨੇ ਘਰਾੜੇ ਮਾਰੀ ਜਾਂਦੇ ਹਾਂ। ਆਹ ਇੱਕ ਗੱਲ ਨੋਟ ਰੱਖਿਓ, ਮੈਂ ਬੇਨਤੀ ਕਰਦੇ ਹਾਂ, ਆਹ ਜਿਹੜੇ ਦਿਨੇ ਤੁਹਾਨੂੰ ਸੁੱਤੇ ਮਿਲਦੇ ਆ ਨਾ, ਇਹ ਰਾਤ ਨੂੰ ਵੀ ਸੁੱਤੇ ਹੁੰਦੇ, ਦਿਨੇ ਵੀ ਸੁੱਤੇ ਹੁੰਦੇ। ਫਿਰ ਇਹਨਾਂ ਨੂੰ ਪੁੱਛੋ ਕਿਵੇਂ ਆ, ਕਹਿੰਦੇ ਅੱਜ ਤੇ ਲੱਕ ਦੁਖਦਾ ਹੈ, ਅੱਜ ਸਰਵਾਈਕਲ ਹੋ ਗਿਆ, ਅੱਜ ਮੁੰਡਾ ਦੁਖੀ ਜਾਂਦਾ ਹੈ, ਅੱਜ ਮੈਂ ਠੀਕ ਨਹੀਂ, ਮੈਂ ਲੋਹ ਫੀਲ ਕਰਦਾ। ਯਾਰ ਹੱਦ ਹੋ ਗਈ, 14-14 ਘੰਟੇ ਸੌ ਕੇ ਵੀ ਤੇਰਾ ਹਾਲ ਹੈ, ਤੂੰ ਕਿਹੜਾ ਗੱਡਾ ਜੋੜਿਆ ਸੀ, ਬਲਦ ਦੀ ਥਾਂ ਤੇ ਲੱਗਾ ਹੋਇਆ ਸੀ, ਫਿਰ ਇਹ ਕਿਉਂ? ਯੋਗੀ ਇਸੇ ਕਰਕੇ ਤੰਦਰੁਸਤ ਸੀ ਕਿਉਂਕਿ ਉਹਨਾਂ ਨੇ ਖੁਰਾਕ ਘੱਟ ਕੀਤੀ ਸੀ, ਸਰੀਰ ਸਾਧ ਕੇ ਰੱਖਦੇ ਸੀ। ਤੇ ਹੁਣ ਜਿਹਨਾਂ ਨੇ ਸਰੀਰ ਸਾਧੇ ਸੀ ਉਹਨਾਂ ਕੋਲ ਕਰਮ ਕਰਨਾ ਵੀ ਸੀ। ਹੁਣ ਭੋਗੀ ਬੰਦਾ, ਗ੍ਰਿਸਤੀ ਬੰਦਾ, ਯੋਗੀ ਦੀ ਰੀਸ ਕਿੱਥੇ ਕਰੂ? ਯੋਗੀ ਤੇ ਚੌਂਕੜਾ ਲਾ ਕੇ ਬੈਠਾ, ਕਹਿੰਦਾ 8 ਦਿਨ ਖਾਣਾ ਕੁਛ ਨਹੀਂ, ਤੇ ਸਾਡਾ ਤੇ 80 ਮਿੰਟਾਂ ਬਾਅਦ ਪ੍ਰਾਣ ਨਿਕਲ ਜਾਣੇ। ਭਾਈ ਫਰਈਆ ਕਹਿੰਦੇ ਮਰਦ ਸਾਡੇ ਕੋਲ ਐਡੀ ਕਰਾਮਾਤ ਹੈ ਨੀ ਵੀ ਅਸੀਂ ਉਹਨਾਂ ਨਾਲ ਲੜ ਸਕੀਏ। ਦੇਖੋ ਏਡਾ ਵੱਡਾ ਧਰਮ ਹੈ ਯੋਗੀਆਂ ਦਾ, ਗੁਰੂ ਨਾਨਕ ਸਾਹਿਬ ਵੇਲੇ ਕਿੱਡਾ ਉਹਨਾਂ ਦਾ ਮਾਣ ਸੀ, ਤੇ ਗੁਰੂ ਸਾਹਿਬ ਨੇ ਫਿਰ ਮਤ ਸਿਖਾਈ, ਅਕਲ ਸਿਖਾਈ, ਗੋਰਖ ਨਾਥ ਵਰਗੇ ਆਪ ਦੀ ਨੇ ਸਾਰੀ ਕਥਾ ਸੁਣੀ, ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਗਏ, ਕਿੱਥੇ ਕਿੱਥੇ ਕੀ ਨਹੀਂ ਹੋਇਆ ਉਹਨਾਂ, ਰੀਠਾ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ, ਉੱਥੇ ਕੀ ਕਰਦੇ ਰਹੇ, ਨਾਨਕ ਪਤਾ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਏ ਆ, ਉੱਥੇ ਉਹਨਾਂ ਨੇ ਕੀ ਕੁਝ ਮਰਦਨਾ ਕੀਤਾ, ਗੁਰਦੁਆਰਾ ਅਚਲ ਸਾਹਿਬ ਬਟਾਲਾ ਉੱਥੇ ਉਹ ਕੀ ਕਰਦੇ ਰਹੇ, ਇੱਧਰ ਆ ਜਾਓ ਫਿਰ ਮਾਲਵੇ ਦੀ ਧਰਤੀ ਤੇ ਤਪਿਆਣਾ ਸਾਹਿਬ, ਉੱਥੇ ਉਹਨਾਂ ਨੇ ਕੀ ਕੀਤਾ, ਕਿੰਨੇ ਅਸਥਾਨ ਐਸੇ ਨੇ, ਤਖਤੂਪੁਰਾ ਪਿੰਡ ਪੈਂਦਾ ਜਿੱਥੇ ਮਾਲਵੇ ਦੀ ਧਰਤੀ ਤੇ ਇਹਨਾਂ ਸਿੱਧਾਂ ਨੇ ਆਪਣਾ ਟਿਕਾਣਾ ਕੀਤਾ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਜਾ ਕੇ ਉੱਥੇ ਵੀ ਅਕਲ ਦਿੱਤੀ, ਉੱਥੇ ਵੀ ਸਮਝਾਇਆ, ਸੁਮੇਰ ਪਰਬਤ ਤੇ ਵੀ ਗਏ, ਪਰ ਫਿਰ ਵੀ ਹੰਕਾਰਿਆਂ ਨੂੰ ਆਖਰਕਾਰ ਗੁਰੂ ਦੇ ਚਰਨ ਫੜ ਕੇ ਸਮਝ ਆਈ, ਮਹਾਰਾਜ ਅਸੀਂ ਭੁੱਲੇ ਕਰਦੇ ਹਾਂ। ਤੇ ਅੱਜ ਉਹਨਾਂ ਯੋਗੀਆਂ ਨੇ ਲੋਕਾਂ ਨੂੰ ਭਰਮ ਚ ਪਾਇਆ ਸੀ, ਭੁਲੇਖੇ ਚ ਪਾਇਆ, ਸਿੱਖ ਕਹਿੰਦੇ ਮਰਦ ਸਾਡੀ ਕੀ ਤਾਕਤ ਹੈ, ਅਸੀਂ ਭੋਗੀ ਲੋਕ ਹਾਂ, ਉਹਨਾਂ ਯੋਗੀਆਂ ਦਾ ਮੁਕਾਬਲਾ ਕਿੱਥੋਂ ਕਰੀਏ, ਸਾਡੇ ਕੋਲ ਕਿਹੜਾ ਕਰਾਮਾਤ ਸ਼ਕਤੀ ਹੈ, ਯੋਗੀ ਕਨ ਪਾਟੇ ਉਪਦੇਸ਼ ਹੈ, ਜੰਤਰ ਮੰਤਰ ਦੇ ਸ਼ਕਤ ਵਿਸ਼ੇਸ਼ ਹੈ। ਹੱਸ ਕੇ ਸਤਿਗੁਰ ਕਹਿੰਦੇ ਐਸਾ ਕੀ ਹੈ, ਕਹਿੰਦੇ ਮਹਾਰਾਜ ਉਹਨਾਂ ਕੋਲ ਜੰਤਰ ਮੰਤਰ ਨੇ, ਉਹ ਕੰਨ ਪੜਾਈ ਫਿਰਦੇ ਮੁੰਦਰਾਂ ਪਾ ਕੇ, ਜਿਹਦੇ ਕੰਨ ਚ ਕਹਿੰਦੇ ਕੰਨਾ ਵਾਟੇ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਜਦੋਂ ਇਹ ਬੋਲ ਕੋਈ ਸੁਣਦਾ ਡਰਦਾ, ਕਹਿੰਦਾ ਯੋਗੀ ਜੀ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਚੇਲਾ, ਮੇਰੀ ਦੌਲਤ, ਮੇਰੇ ਪਦਾਰਥ, ਮੇਰਾ ਪਰਿਵਾਰ, ਤੁਹਾਡਾ ਜੋ ਮਰਜ਼ੀ ਕਰੋ। ਤੇ ਯੋਗੀ ਕਹਿੰਦਾ ਸੀ ਅੱਜ ਤੋਂ ਬਾਅਦ ਫਿਰ ਕੰਨਾਂ ਚ ਮੁੰਦਰਾਂ ਪਾਉਣਾ, ਕੰਨਾਂ ਚ ਮੁੰਦਰਾਂ ਪਾਉਣਾ ਗੁਲਾਮੀ ਦੀ ਨਿਸ਼ਾਨੀ ਹੈ। ਗੁਰੂ ਕਲਗੀਧਰ ਜੀ ਨੇ ਚੀਜ਼ਾਂ ਕਿਉਂ ਕਢਾਈਆਂ ਸੀ, ਭਾਵੇਂ ਉਹ ਸਿੰਘਲੀਆਂ ਸੀ, ਕਦੇ ਮਾਈ ਭਾਗ ਕੌਰ ਦੀਆਂ ਤੁਸੀਂ ਤਸਵੀਰਾਂ ਵੇਖਣੀਆਂ ਹੋਣੀਆਂ, ਉਹ ਭਾਵੇਂ ਕਲਪਿਕ ਨੇ, ਕਲਪਨਿਕ ਨੇ ਬਣਾਈਆਂ ਨੇ, ਕਦੇ ਸੁਣਿਆ ਵੀ ਉਹਨਾਂ ਦੇ ਪੈਰਾਂ ਚ ਨਗ ਪਾਏ ਸੀ, ਝਾਂਜਰਾਂ ਪਾਈਆਂ ਸੀ ਜੀ, ਹੱਥਾਂ ਚ ਉਹਨਾਂ ਨੇ ਗਜਰੇ ਪਾਏ ਸੀ, ਮੁੰਦਰੀਆਂ ਛੱਲੇ ਪਾਏ ਸੀ, ਕੰਨਾਂ ਵਿੱਚ ਉਹਨਾਂ ਦੇ ਵਾਲੀਆਂ ਪਾਈਆਂ, ਨੱਕ ਚ ਕੋਕਾ ਪਾਇਆ, ਸੁਣਿਆ ਵੇਖਿਆ ਕਦੇ ਨਹੀਂ। ਸ਼ੇਰਾਂ ਦੇ ਕੰਨ ਕਿਹਨੇ ਬਿੰਨੇ ਨੇ ਆਖੋ ਸਤਿਗੁਰ, ਕੌਣ ਬਿੰਨਦਾ? ਇਹ ਟੈਗ ਕੁੱਤਿਆਂ ਦੇ ਲੱਗਦੇ ਆ,
ਸ਼ੇਰਾਂ ਨਹੀਂ ਲੱਗਦੇ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨੂੰ ਆਖਣ ਲੱਗੇ ਮਹਾਰਾਜ ਉਹਨਾਂ ਕੰਨਾਂ ਦੇ ਵਿੱਚ ਬਲੌਰ ਦੀਆਂ ਮੁੰਦਰਾਂ ਕਰਨੀਆਂ ਕੱਚ ਦੀਆਂ, ਤੇ ਹੁਣ ਜਿਹਨੂੰ ਉਹ ਮੁੰਦਰਾਂ ਪਵਾ ਦਿੰਦੇ ਉਹਨੂੰ ਇੱਕ ਅੱਧੀ ਕਰਾਮਾਤ ਦੇ ਦਿੰਦੇ, ਮੰਤਰ ਦੇ ਦਿੰਦੇ ਆ, ਉਹ ਬੰਦਾ ਮੰਤਰ ਨਾਲ ਲੋਕਾਂ ਦੇ ਨੁਕਸਾਨ ਕਰੀ ਜਾਂਦਾ। ਕਹਿੰਦੇ ਮਹਾਰਾਜ ਅਸੀਂ ਕਿਹੜੇ ਕਿਹੜੇ ਯੋਗੀ ਨਾਲ ਲੜਾਂਗੇ ਜਾ ਕੇ, ਕਰਦੇ ਸਹੀ ਆ ਸਿੱਖਾਂ ਦੇ ਵੀ ਅਸੀਂ ਨਾਮ ਜਪਾਉਣ ਜਾਈਏ ਤੇ ਸਾਨੂੰ ਪੁੱਠੇ ਕਰ ਦੋ ਯੋਗੀ। ਮਹਾਰਾਜ ਇਹ ਤੇ ਕੰਮ ਔਖਾ ਹੈ ਵੀ ਸਾਡੇ ਤੋਂ ਉਹਨਾਂ ਨਾਲ ਲੜਿਆ ਜਾਣਾ ਨਹੀਂ। ਗੋਰਖ ਗੋਰਖ ਜਾਪ ਜਪੇ ਹੈ ਪੂਜਤ ਨਿਤ ਯੋਗੀ ਸਵੇ ਹੈ। ਤੇ ਸਤਿਗੁਰੂ ਜੀ ਉਹ ਗੋਰਖ ਗੋਰਖ ਜਪਦੇ ਨੇ, ਮੱਠਾਂ ਦੀ ਉਹ ਪੂਜਾ ਕਰਦੇ ਨੇ, ਤੇ ਰੋਟੀ ਕਦੇ ਆਪ ਨਹੀਂ ਬਣਾਉਂਦੇ ਕਿਉਂਕਿ ਯੋਗੀ ਕਹਿੰਦੇ ਆ ਵੀ ਔਰਤਾਂ ਮਾੜੀਆਂ ਨੇ। ਤੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਵੀ ਜੇ ਮਾੜੀਆਂ ਨੇ ਫਿਰ ਉਹਨਾਂ ਦੇ ਹੱਥ ਦੀ ਰੋਟੀ ਮੰਗਣ ਕਿਉਂ ਜਾਂਦੀ, ਰੋਟੀ ਤੇ ਫਿਰ ਮਾੜੀਆਂ ਨਹੀਂ ਬਣਾਈ ਹੈ ਨਾ। ਜਦੋਂ ਤੁਸੀਂ ਭੰਡਤਾ ਦੀ ਔਰਤ ਬੁਰੀ ਹੈ, ਸਾਡੇ ਮੱਠ 'ਚ ਨਹੀਂ ਆ ਸਕਦੀ, ਸਾਡੇ ਨੇੜੇ ਨਹੀਂ ਬਹਿ ਸਕਦੀ, ਤੇ ਰੋਟੀ ਖਾਣ ਵੇਲੇ ਉਹ ਚੰਗੀ ਹੋ ਜਾਂਦੀ, ਆਟਾ ਵੀ ਉਹਦੇ ਗੁੰਨੇ, ਪਤਾ ਨਹੀਂ ਨਹਾਤੀ ਹੈ ਕਿ ਨਹੀਂ ਨਹਾਤੀ, ਸਫਾਈ ਹੈਗੀ ਕਿ ਨਹੀਂ ਹੈਗੀ, ਉਹ ਜੋਗੀ ਪੁੱਛਦਾ ਕੋਈ। ਉਹ ਕਹਿੰਦੇ ਲਿਆ ਭੈਣੇ ਰੋਟੀ ਦੇ ਜਾ, ਤੋ ਉਦੋਂ ਨਹੀਂ ਵੇਖਦੇ, ਜਾ ਉਦੋਂ ਨਹੀਂ ਧਰਮ ਨੂੰ ਵੇਖਦੇ, ਨਿਰਮ ਨਹੀਂ ਵੇਖਦੇ। ਇਹੀ ਕਾਰਨ ਕਰਕੇ ਸਤਿਗੁਰਾਂ ਨੇ ਕਿਹਾ ਸੀ ਇਹ ਕਰਮ ਕਾਂਡ ਤੇ ਪਖੰਡ ਹੈ, ਉਹ ਕਾਹਦਾ ਧਰਮ ਹੈ ਜਿਹੜਾ ਔਰਤ ਜਾਤ ਨੂੰ ਭੰਡਦਾ ਫਿਰਦਾ ਹੈ। ਮਰਦ ਨੇ ਸਤਿਕਾਰ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮਿਆ ਇਨਸਾਨ, ਵੀ ਜਿਹਨਾਂ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਉਹਨਾਂ ਨੂੰ ਮਾੜਾ ਨਹੀਂ ਕਹਿਣਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਹੁਣ ਮਾੜੇ ਕੰਮ ਕਰ ਕਰਕੇ ਸਭ ਕੁਛ ਕਰੀਏ ਵੀ ਸਾਨੂੰ ਤੇ ਮਰਦ ਨੇ ਰੁਤਬਾ ਦਿੱਤਾ ਹੋਇਆ, ਸਾਨੂੰ ਤੇ ਗੁਰੂ ਸਾਹਿਬ ਨੇ ਹੱਕ ਦਿੱਤੇ, ਹੱਕ ਮਰਦ ਨੇ ਇਹ ਨਹੀਂ ਦਿੱਤੇ ਵੀ ਲੋਕਾਂ 'ਚ ਗੰਦਗੀ ਫੈਲਾਓ, ਇਹ ਹੱਕ ਨਹੀਂ ਦਿੱਤੇ ਗੁਰੂ ਸਾਹਿਬ ਨੇ। ਇਹ ਨਹੀਂ ਸਾਨੂੰ ਕਿਹਾ ਵੀ ਸਾਰੀਆਂ ਸੰਗਾਂ ਸ਼ਰਮਾ ਦੇ ਗਹਿਣੇ ਲਾ ਦਿਓ, ਬਸ਼ਰਮੀ ਦੀ ਹੱਦ ਪਾਰ ਕਰ ਦਿਓ, ਤੇ ਬਾਅਦ ਚੋਂ ਆਖਿਓ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੱਕ ਦਿੱਤੇ ਆ। ਹੱਕ ਦਿੱਤੇ ਚੰਗੇ ਪਾਸੇ ਦਿੱਤੇ, ਮਾੜੇ ਕੰਮਾਂ ਨੂੰ ਬੁਲਾ ਦਿੱਤੇ ਆ। ਸੋਚ ਸੋਚ ਫਰਕ ਹੈ। ਉਸ ਵਕਤ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਮਰਦ ਇਹ ਸਾਡੇ ਵੱਸ ਦਾ ਕੰਮ ਨਹੀਂ ਹੈ, ਅਸੀਂ ਨਾਮ ਜਪ ਸਕਦੇ ਹਾਂ, ਸਿੱਖਾਂ ਨੂੰ ਜਪਾ ਸਕਦੇ ਹਾਂ, ਯੋਗੀਆਂ ਦੇ ਮੱਠਾਂ ਵਿੱਚ ਜਾ ਕੇ ਅਸੀਂ ਵਾਹਿਗੁਰੂ ਨਹੀਂ ਕਹਿ ਸਕਦੇ, ਕਿਉਂਕਿ ਬੇਸ਼ੱਕ ਉਹ ਪਖੰਡ ਕਰਦੇ ਆ, ਲੋਕਾਂ ਨੂੰ ਲੁੱਟਦੇ ਆ, ਉਹਨਾਂ ਕੋਲ ਜੰਤਰ ਮੰਤਰ ਨੇ। ਦੇਵੀ ਦੇਵ ਦਿਹੋ ਰਾਖਾਨ ਨਹਿ ਮਨ ਕੇ ਨਰਕ ਗਿਆਨ। ਤੇ ਸਤਿਗੁਰੂ ਜੇ ਉਹ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਹੁੰਦੇ ਤੇ ਸੌਖੇ ਸਮਝਾਏ ਜਾ ਸਕਦੇ ਸੀ, ਉਹ ਤੇ ਮੰਨਦੇ ਸਿੱਧਾ ਹੁੰਦੇ। ਹੁਣ ਸਿੱਧਾਂ ਨੂੰ ਯੋਗੀਆਂ ਨੂੰ ਮੰਨਣ ਵਾਲੇ ਲੋਕ ਬਹੁਤ ਟੇਢੇ ਹੁੰਦੇ, ਸੁਭਾਅ ਦੇ ਟੇਢੇ ਆ। ਲੈ ਕਿਸੇ ਯੋਗੀ ਕੋਲ ਖੜ੍ਹ ਜਾਓ, ਉਹਨੇ ਤੁਹਾਨੂੰ ਭੰਬਲ ਭੂਸੇ ਦੋ ਮਿੰਟ 'ਚ ਬਾਲ ਲੈਣਾ ਵੀ ਕਾਕਾ ਤੇਰੇ ਮੇਹਦੇ 'ਚ ਗਰਮੀ ਹੈ, ਤੇਰੇ ਹੱਥ 'ਚ ਮਾਇਆ ਬੜੀ ਆਉਂਦੀ, ਖੜ੍ਹਦੀ ਨਹੀਂ, ਤੂੰ ਦਿਲ ਦਾ ਬਹੁਤ ਚੰਗਾ, ਜਿਹੜੀ ਗੱਲ ਕਰਦਾ ਏ ਉਹ ਲੋਕ ਫਿਰ ਤੇਰੇ ਵਿਰੁੱਧ ਹੋ ਜਾਂਦੇ ਆ, ਤੂੰ ਕਦੇ ਕਿਸੇ ਦਾ ਮਾੜਾ ਨਹੀਂ। ਇਹ ਚਾਰ ਟੀਕੇ ਪੰਪ ਦੇ ਲਾਏ, ਬੰਦਾ ਕਹਿੰਦਾ ਲੈ ਬਾਬਾ ਸੌ ਲੈ ਜਾਂਦਾ ਰੋਟੀ ਖਾ ਲਿਆ, ਇਹ ਕੀ ਹੈ, ਇਹ ਵਲ ਛੱਡਦੀ। ਤੁਹਾਡੀਆਂ ਗੱਲਾਂ ਤੁਹਾਨੂੰ ਸੁਣਾ ਕੇ ਪੰਪ ਭਰ ਕੇ ਤੁਹਾਡੇ ਤੋਂ ਮਾਇਆ ਕਢਾ ਜਾਣਗੇ, ਇਹ ਕਰਾਮਾਤ ਨਹੀਂ ਦੀ ਰੋਟੀ ਹੈ, ਇਹੀ ਤੇ ਹੈ। ਕਹਿੰਦੇ ਮਰ ਜੋ ਲੋਕਾਂ ਨੂੰ ਸਰੀਰਕ ਤੌਰ ਤੇ ਲੁੱਟਦੇ ਨੇ, ਮਾਇਆ ਤੌਰ ਤੇ ਲੁੱਟ ਲੈਂਦੇ ਨੇ, ਤੇ ਲੋਕ ਉਹਨਾਂ ਦੇ ਡਰ ਚ ਇੰਨੇ ਕਰੀਦੇ ਆ ਵੀ ਜਿਹੜਾ ਵੀ ਬੱਚਾ ਜੰਮਦਾ ਯੋਗੀਆਂ ਦੇ ਮੱਠ ਲਏ ਹੋਏ ਆ, ਉਹ ਕੀ ਕਰਦੇ ਆ ਜਦੋਂ 6 ਮਹੀਨੇ ਦਾ ਹੁੰਦਾ ਕੰਨਾਂ 'ਚ ਮੁੰਦਰਾਂ ਪਾ ਕੇ ਕਹਿੰਦੇ ਤੂੰ ਵੀ ਯੋਗੀ ਹੈ। ਕਹਿੰਦੇ ਮਰ ਚ ਦੁਖੀ ਅਸੀਂ ਨਹੀਂ ਆ, ਜੇ ਦੇਵੀ ਦੇਵਤਿਆਂ ਦੇ ਮੱਠ ਹੁੰਦੇ, ਦੇਵੜੇ ਹੁੰਦੇ, ਉੱਥੇ ਜਾ ਕੇ ਸਮਝਾ ਸਕਦੇ ਸੀ ਲੋਕਾਂ ਨੂੰ ਭਾਈ ਕਰਮ ਕਾਂਡ ਨਾ ਕਰੋ, ਪਖੰਡ ਨਾ ਕਰੋ, ਪਰ ਮਰ ਚ ਮਾਰਨ ਨੂੰ ਕਹਿੰਦੇ ਆ, ਉਹ ਕਿਸੇ ਦੀ ਲਿਹਾਜ਼ ਨਹੀਂ ਕਰਦੇ। ਤਪ ਜਪ ਤੀਰਥ ਕੋਈ ਨਾ ਜਾਣੈ ਤੂੰ ਪਰ
ਪਰਮੇਸ਼ਰ ਨਹਿ ਮੰਨ, ਕਿਉਂਕਿ ਨਾ ਉਹ ਤਪ ਕਰਦੇ, ਨਾ ਉਹ ਜਪ ਕਰਦੇ, ਨਾ ਉਹ ਕਿਸੇ ਤੀਰਥ ਤੇ ਜਾਂਦੇ ਨੇ। ਮਤ ਕਿੱਥੋਂ ਦਈਏ, ਕਿਵੇਂ ਸਮਝਾਈਏ? ਹੁਣ ਲੋਕਾਂ ਨੂੰ ਸਮਝਾਉਣ ਨਾਲ ਕੁਛ ਨਹੀਂ ਹੋਣਾ ਜਦ ਤੱਕ ਵੱਡਿਆਂ ਚੋਰਾਂ ਨੂੰ ਹੱਥ ਨਹੀਂ ਪੈਂਦਾ। ਜਿਵੇਂ ਅੱਜ ਦੇ ਸਮੇਂ ਨਸ਼ਾ ਸਾਰੇ ਕਰਦੇ ਹਨ, ਕਦੇ ਕਿਸੇ ਨੇ ਵੱਡੇ ਚੋਰ ਨੂੰ ਫੜਿਆ? ਨਸ਼ਾ ਵੇਚਣ ਵਾਲਾ ਵਿਕਾਉਣ ਵਾਲਾ ਕਿਹੜਾ ਫੜਿਆ? ਕਿਸੇ ਨੇ ਕਿਹਨੂੰ ਫੜਦੇ ਆ? ਕਿਸੇ ਕੋਲ 1 ਗ੍ਰਾਮ, ਕਿਸੇ ਕੋਲ 2 ਗ੍ਰਾਮ, ਜਿਹੜੇ ਵਿਚਾਰੇ ਖਾਣ ਦੇ ਆਦਿ ਫਸੇ ਉਹਨਾਂ ਨੂੰ ਵੇਚਣ ਵਾਲੇ ਨੂੰ ਕੌਣ ਫੜਦਾ? ਟਨਾਂ ਦੇ ਟਨ ਜਿਹੜੇ ਲੈ ਕੇ ਆਉਣ ਉਹਨਾਂ ਨੂੰ ਕੌਣ ਫੜਦਾ? ਇਸੇ ਤਰ੍ਹਾਂ ਸਿੱਖਾਂ ਨੇ ਕਿਹਾ, ਮਹਾਰਾਜ ਅਸੀਂ ਲੋਕਾਂ ਨਾਲ ਲੜੀ ਜਾਈਏ ਤੇ ਲੋਕ ਸਾਡੇ ਨਾਲ ਲੜੀ ਜਾਣਗੇ, ਐਨਰਜੀ ਵੇਸਟ ਹੋਊਗੀ, ਕਿਉਂ ਨਾ ਸਾਡੇ ਕੋਲ ਐਸੀ ਕਰਾਮਾਤ ਹੋਵੇ ਅਸੀਂ ਜਾ ਕੇ ਯੋਗੀ ਢਾਲੀਏ, ਜਿਹੜਾ ਪਖੰਡ ਕਰੇ ਮੋਰ ਬਣਾ ਦੀ ਉਹਦਾ। ਹੱਸ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਫਰਈਆ ਜੀ ਗੱਲ ਤੇ ਠੀਕ ਹੈ, ਦੇਖੋ ਗੱਲ ਏਦਾਂ ਹੀ ਬਣਦੀ ਹੈ। ਅੱਜ ਸਾਡੇ ਕੀ ਚੱਲਦਾ ਹੈ? ਉਹ ਭਾਈ ਫਲਾਣਾ ਬਾਬਾ ਪਖੰਡੀ ਹੈ। ਮੈਂ ਕਿਹਾ ਜੀ ਪਖੰਡੀ ਉਹਦੇ ਡੇਰੇ ਜਾਓ, ਮਾੜਾ ਕੋਈ ਗਰੀਬ ਪਾਠੀ ਗ੍ਰੰਥੀ ਹੋਵੇ ਉਹਨੂੰ ਕੁੱਟਣ ਨੂੰ 20 ਬੰਦੇ ਆ ਜਾਂਦੇ ਆ ਵੀ ਇਹਨੇ ਪਾਠ ਗਲਤ ਕੀਤਾ, ਇਹਨੇ ਫਲਾਣੀ ਥਾਂ ਪਾਠ ਕਰਤਾ, ਏਡੇ ਏਡੇ ਡੇਰੇ ਬਣੇ ਹੋਏ ਇੱਥੇ ਕਰੋੜਾਂ ਦੇ, ਜਾਂਦਾ ਕੋਈ ਕਰਦਾ ਮੂੰਹ? ਉੱਧਰ ਪਤਾ ਹੈ ਵੀ ਉੱਥੇ ਜਾਵਾਂਗੇ ਅਗਲਿਆਂ ਬੰਨ ਕੇ ਕੁੱਟਣਾ, ਕਿਹੜਾ ਮੂੰਹ ਕਰਦਾ ਜੀ ਵੱਡੇ ਪੈਸੇ ਵਾਲੇ ਕੋਲ, ਹੰਕਾਰੀ ਬੰਦੇ ਕੋਲ? ਸਿੱਖਾਂ ਨੇ ਕਿਹਾ, ਮਹਾਰਾਜ ਅਸੀਂ ਜਾਵਾਂਗੇ ਲੋਕਾਂ ਦੇ ਘਰਾਂ ਵਿੱਚ ਨਹੀਂ, ਲੋਕਾਂ ਨੂੰ ਕੀ ਸਮਝਾਉਣਾ? ਅੱਜ ਅਸੀਂ ਸਮਝਾ ਕੇ ਆਵਾਂਗੇ, ਕੱਲ ਨੂੰ ਅਗਲੇ ਸਮਝਾ ਦਿਆਂ, ਕਿਹਦੇ ਘਰ ਵਾਪਸੀ ਕਰਾਉਣਾ? ਇੱਧਰ ਨੂੰ ਆਉਣਾ, ਤੁਹਾਡੇ ਸਾਹਮਣੇ ਹੁੰਦਾ ਨਾ। ਕੋਈ ਪਾਰਟੀ ਛੱਡ ਕੇ ਦੂਜੇ ਦਾ ਸਰੋਪਾ ਪਵਾ ਲੈਂਦਾ ਹੈ, ਫਿਰ ਦੂਸਰੇ ਜਿਹਨਾਂ ਦਾ ਹੁੰਦਾ ਉਹ 6 ਮਹੀਨੇ ਬਾਅਦ ਕਹਿੰਦੇ ਘਰ ਵਾਪਸੀ ਕਰਨਾ, ਇੱਧਰ ਨੂੰ ਆਉਣਾ। ਧਰਮਾਂ 'ਚ ਵੀ ਹੁੰਦਾ ਘਰ ਵਾਪਸੀ ਕਰਦੇ ਆ ਲੋਕਾਂ 'ਚ ਵੀ, ਕਿੰਨੇ ਕਰਦੇ ਆ? ਆਹ ਸਾਰਾ ਮਾਝਾ ਕ੍ਰਿਸਚਨ ਬਣਿਆ ਪਿਆ, ਗੁਰਦਾਸਪੁਰ ਤੋਂ ਲੈ ਕੇ ਆਹ ਫਿਰੋਜ਼ਪੁਰ ਵਾਲਾ ਪਾਸਾ ਸਾਰੀ ਬੈਲਟ ਦਿੰਦੀ ਹੈ। ਗਿਣਤੀ ਦੇ ਲੋਕ ਰਹਿ ਗਏ ਕਿ 60% ਲੋਕ ਮਸੀਹ ਬਣ ਗਏ, ਹੋਊਗਾ ਕਿ ਹੌਲੀ ਹੌਲੀ ਜਦੋਂ ਲੋਕਾਂ ਨੂੰ ਮਤ ਆਉਣੀ, ਕੁਛ ਆਪੇ ਮੁੜਾਉਣੇ, ਤੇ ਕਈ ਕਹਿਣਗੇ ਬਾਬਾ ਜੀ ਫਿਰ ਘਰ ਵਾਪਸੀ ਕਰਾ ਦਿਓ ਜੀ, ਦੇ ਦਿਓ 10,000 ਰੁਪਈਆ। ਮੈਂ ਕਿਹਾ ਇਹਨਾਂ ਤੋਂ ਨਾ ਮੰਗਿਓ, ਤੁਸੀਂ ਇਹਨਾਂ ਨੂੰ ਦੇ ਦਿਓ, ਬਹੁਤ ਹੈ। ਸਾਡੀ ਕੌਮ 'ਚ ਲੁਟੇਰੇ ਬਹੁਤ ਨੇ ਇਸ ਵਕਤ, ਉਹਨਾਂ ਨੂੰ ਕੋਈ ਮਤਲਬ ਨਹੀਂ ਸਿੱਖੀ ਨਾਲ, ਕੋਈ ਮਤਲਬ ਨਹੀਂ ਪ੍ਰਚਾਰ ਨਾਲ, ਕੌਣ ਅੰਮ੍ਰਿਤ ਛਕਦਾ ਨਹੀਂ ਛਕਦਾ, ਕੌਣ ਧਰਮ ਛੱਡਦਾ। ਉਹ ਕਹਿੰਦੇ ਯਾਰ ਅਸੀਂ ਕੁਛ ਸਹੀ ਛੱਡੀ, ਅਸੀਂ ਤੇ ਖੜਾ ਇੱਕਾ ਹੈ ਨਹੀਂ ਸਾਡੇ 'ਚ, ਪਤਾ ਸਭ ਨੂੰ ਹੈ ਵੀ ਲੜਦੇ ਬਹੁਤ ਨੇ, ਇਹ ਮਾਰਸ਼ਲ ਕੌਮ ਹੈ, ਪਰ ਇਹ ਵੱਡੀ ਗੱਲ ਹੈ ਇਹ ਲੜਦੇ ਵੱਖ ਵੱਖ ਨੇ, ਕਦੇ ਇਕੱਠੇ ਹੋ ਕੇ ਨਹੀਂ ਲੜਦੇ, ਇਹ ਤਾਂ ਫਟੇ। ਹੁਣ ਯੋਗੀਆਂ ਦਾ ਕੰਮ ਇਹ ਸੀ ਵੀ ਯੋਗੀ ਦੇ ਹੱਕ 'ਚ ਖੜਦਾ ਸੀ, ਯੋਗੀ ਦੇ ਨਾਲ ਖੜਦਾ ਸੀ, ਇੱਕ ਦੂਜੇ ਨਾਲ ਮੁਹੱਬਤ ਬੜੀ ਕਰਦੇ ਸੀ, ਭਾਵੇਂ ਅੰਦਰੋਂ ਖਾਰ ਹੋਵੇ। ਇਸੇ ਕਰਕੇ ਉਹਨਾਂ ਨੂੰ ਮੰਨਣ ਵਾਲੇ ਲੋਕ ਉਹਨਾਂ ਦੇ ਮੱਠਾਂ ਦੀ ਪੂਜਾ ਕਰਦੇ ਸੀ, ਮੱਠ ਹੁੰਦੇ ਖਾਲੀ। ਜਦ ਯੋਗੀਆਂ ਨੇ ਆਉਣਾ 2-3 ਮਹੀਨੇ ਰਹਿਣਾ, ਠੀਕ ਹੈ, ਉਹ ਤੋਂ ਬਾਅਦ ਚਲੇ ਜਾਣਾ, ਉਹਨੂੰ ਬੰਦ ਕਰਕੇ, ਲੋਕ ਉਸ ਇਮਾਰਤ ਦੀ ਪੂਜਾ ਕਰੀ ਜਾਂਦੇ ਸੀ ਵੀ ਯੋਗੀ ਦਾ ਮੱਠ ਇੱਥੇ ਕੰਮ ਕਰਦਾ। ਮਤਲਬ ਇੰਨੀ ਕੁ ਗੁਲਾਮੀ ਸੀ ਲੋਕਾਂ ਦੇ ਦਰਬਾਰ 'ਚ। ਕਹਿੰਦੇ ਸਤਿਗੁਰੂ ਜੇ ਕਿਤੇ ਸਾਡੇ ਕੋਲ ਕਰਾਮਾਤ ਹੋਵੇ, ਸ਼ਕਤੀ ਬਰਾਬਰ ਦੀ ਹੋਵੇ ਨਾ, ਅਸੀਂ ਉਹਨਾਂ ਦੇ ਤੰਤਰਾਂ ਮੰਤਰਾਂ ਨੂੰ ਤੋੜ ਸਕੀਏ। ਭਗਤ ਕੋ ਨਾ ਮੰਨ ਲੈ ਅਰਥੀ ਬੂਲ ਨਹੀਂ ਸਮਝੈ। ਤੇ ਫਿਰ ਅਸੀਂ ਉਹਨਾਂ ਲੋਕਾਂ ਨੂੰ ਜਾ ਕੇ ਸਮਝਾਈਏ ਵੀ ਲੋੜਵੰਦਾਂ ਦੀ ਸਹਾਇਤਾ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਇੱਕ ਦੂਜੇ ਦੇ ਕੰਮ ਆਇਆ ਕਰੋ। ਮਨੁੱਖਤਾ ਦਾ ਭਾਵ ਕੀ ਹੈ? ਮਨੁੱਖਤਾ ਇੱਕ ਹਿਊਮਨ ਚੇਨ ਹੈ, ਜੇ ਬੰਦਾ ਬੰਦੇ ਦੇ ਕੰਮ ਨਹੀਂ ਆਊ ਤਾਂ ਸੁਕਾਉਣ ਆਊ। ਸਾਡੇ ਨਾਲ ਤੇ ਜਾਨਵਰ ਚੰਗੇ ਆ, ਪਸ਼ੂ ਚੰਗੇ ਆ। ਅੱਜ ਕਿਸੇ ਦੇ ਘਰ ਲੜਾਈ ਹੋਵੇ, ਲੋਕ ਅੰਦਰ ਲੁਕ ਜਾਂਦੇ ਆ, ਲੋਕ ਇੱਧਰ ਉੱਧਰ ਹੋ ਜਾਂਦੇ ਆ, ਪਰ ਮੈਂ ਕਹਿੰਦਾ ਤੁਸੀਂ ਇੱਕ ਕੁੱਤੇ ਦੇ ਇੱਟ ਮਾਰ ਕੇ ਵੇਖੋ, ਉਹਨੇ ਇੱਕ ਕਲਕਾਰੀ ਮਾਰਨੀ, ਸਾਰੇ ਮੁਹੱਲੇ ਦੇ ਕੁੱਤੇ ਜਿਹੜਾ ਜਿੱਥੇ ਖੜਾ ਉਹਨੇ ਉੱਥੇ ਭੰਪਣਾ ਸ਼ੁਰੂ, ਭੱਜੇ ਆਉਣਗੇ। ਬੰਦਿਆਂ 'ਚ ਹੈ ਇੱਕ, ਉਹ ਇੱਕ ਡਿੱਗਦਾ ਕੈਮਰਾ ਚੱਕ ਕੇ, ਭਈਆ ਕੈਸੇ ਗਏ ਆਪ,
चोट कहां से लगी, ठीक हो आप, कोई बात नहीं, पानी पियो, आ चल रहा है। ये इंसानियत सारी। पर उस वक्त सिखा ने कहा महाराज वो लोग भी उन्होंने योगियों पिछे इन्ने लगे हुए हैं, ना वो नाम जपते, ना सेवा करते, ना सिमरन करते, बस सिद्ध सिद्ध योगी योगी करते हैं, योगी उन्होंने मूर्खों के सिर ते सदा राज करते ने। गुरु कृपा बिन सुधरे नाही, फसे सो जंतर मंत्र के माही। पक्षियां को जंतरा मंत्रा च फसे ने, गुरु कृपा बिना नहीं करते। देखो जेड़ा बंदा ना जी टूने टामण च फसया हो, देखो कोई मूर्ति नू मनदा कोई प्रॉब्लम नहीं, पर जेड़ा बंदा तांत्रिकां दे पिछे तुरिया फिरदा है उते कदे भरोसा नहीं कीता जा सकता, ना ही उह बंदा सुधर सकदा। वेख लो सुधार के किसे नू, तुहाडा कोई रिश्तेदार ਫਿਰਦਾ ਹੋਵੇ ਕਿਸੇ ਤਾਂਤਰਿਕ ਦੇ ਕੋਲੇ ਰੋਜ਼, ਕਦੇ ਤਬੀਤ ਲਈ ਕਦੇ ਪਾਣੀ, ਮੈਂ ਕਹਿੰਦਾ ਉਹ ਉੱਥੇ ਜਾਊਗਾ, ਉੱਥੇ ਕੋਈ ਉਹਨੂੰ ਹੋਰ ਮਿਲ ਜਾਣਾ ਵੀ ਸਾਡਾ ਫਲਾਣੀ ਥਾਂ ਤੋਂ ਕੰਮ ਹੋਇਆ ਸੀ, ਕਹਿੰਦਾ ਮੈਨੂੰ ਦੇ ਡਰੈਸ ਫਿਰ ਮੈਂ ਉਹਦੇ ਕੋਲ ਜਾਇਆ ਵਾਂ। ਮਤਲਬ ਉਹ ਇੱਕ ਐਸਾ ਜਾਲ ਹੈ ਇਹਦੇ ਵਿੱਚੋਂ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਨਿਕਲ ਜਾਇਆ ਸਕਦਾ। ਤੇ ਗੁਰਸਿੱਖਾਂ ਨੇ ਉਹ ਨਬਜ ਇਲਾਕੇ ਦੀ ਫੜ ਕੇ ਰੋ ਕੇ ਆਖਿਆ ਮਹਾਰਾਜ ਅਸੀਂ ਬੜੇ ਔਖੇ ਨਿਕਲ ਕੇ ਆਏ ਹਾਂ, ਭਾਈ ਫਰੀਆ ਗਟਾਰਾ ਜੀ ਕਹਿੰਦੇ ਸਾਨੂੰ ਆਉਣ ਨਹੀਂ ਦਿੰਦੇ ਜੋ, ਜੇ ਉਹ ਪਤਾ ਲੱਗਦੀ ਆਪਣੀਆਂ ਕਰਾਮਾਤਾਂ ਨਾਲ ਖਿੱਚ ਲੈਂਦੇ ਆ ਪਿੱਛੇ, ਇੰਨੀਆਂ ਸ਼ਕਤੀਆਂ ਨੇ ਉਹਨਾਂ ਕੋਲੇ। ਸਾਹਿਬ ਜੀ ਉਹਨਾਂ ਲੋਕਾਂ ਦੇ ਜੰਤਰ ਮੰਤਰ ਕਿਵੇਂ ਕੱਟੀਏ, ਉਹ ਟੂਣਾ ਟਾਮਣ ਕਰਦੇ ਨੇ। ਸੁਣ ਸ਼੍ਰੀ ਸਤਿਗੁਰ ਤਰੀ ਨਦੇਸ਼, ਤੁਮ ਗਮਨੋ ਲਭ ਤਿਸਹੀ ਦੇਸ਼। ਗੁਰੂ ਅਮਰਦਾਸ ਹੱਸ ਕੇ ਆਖਣ ਲੱਗੇ, ਕਹਿੰਦੇ ਠੀਕ ਹੈ ਜੇ ਜੰਤਰ ਮੰਤਰ ਕਰਦੇ ਭਾਈ ਫਰਈਆ ਤੇ ਕਟਾਰਾ ਦੀ, ਤੁਸੀਂ ਜਾਣਾ ਵੀ ਹੁਣ ਉੱਥੇ ਹੀ ਆਖੋ ਸਕਦਾ, ਪਿੱਛੇ ਨਹੀਂ ਮੁੜਨਾ। ਕਹਿੰਦੇ ਮਹਾਰਾਜ ਕਰਾਮਾਤ ਹੈ ਨੀ, ਸਤਿਗੁਰ ਕਹਿੰਦੇ ਅੱਜ ਤੋਂ ਸਭ ਕੁਝ ਹੀ ਆ ਤੁਹਾਡੇ ਕੋਲੇ, ਪ੍ਰਸੰਨ ਹੋ ਗਏ। ਦੇਖੋ ਮਹਾਰਾਜ ਉਹਨਾਂ ਲੋਕਾਂ ਦਾ ਭਲਾ ਚਾਹੁੰਦੇ ਆ ਜਿਹੜੇ ਕਿਸੇ ਦੇ ਹੰਕਾਰ ਦੇ ਵਸ ਵਿੱਚ ਫਸੇ ਹੋਏ, ਡਰਦੀ ਮੰਗੀ ਜਾਂਦੇ ਨੇ ਵੀ ਜੇ ਆਹ ਕੰਮ ਨਾ ਕੀਤਾ ਸਿੱਧ ਜਿਹੜੇ ਨੇ ਉਹ ਕੁੰਟ ਜਾਣਗੇ, ਉਹ ਨੁਕਸਾਨ ਕਰ ਦੇਣਗੇ। ਆ ਤੁਸੀਂ ਜਾ ਕੇ ਵੇਖੋ ਦੁਆਬੇ ਦੇ ਵਿੱਚ ਲੋਕਾਂ ਦੇ ਹਾਲ ਕਿੰਨੇ ਮਾੜੇ। ਚੰਗੇ ਭਲੇ ਸਰਦਾਰ ਅਮੈਰੀਕਾ ਸੈਟਲ, ਕਿਤੇ ਸੈਟਲ, ਉਹ ਖੇਤਾਂ 'ਚ ਇੱਕ ਚਾਰ ਕਿੱਟਾਂ ਦੀਆਂ ਲਾ ਕੇ ਬੜੀ ਹੀ ਬਣਾ ਕੇ ਪੂਜੀ ਜਾਂਦੇ ਜਠੇਰਾ ਲੈਂਦੇ ਵੀ ਭਾਈ ਉਹ ਜਠੇਰਾ ਕੱਲ੍ਹ ਤੂੰ ਮਰ ਗਿਆ ਤੈਨੂੰ ਜਠੇਰਾ ਮਿਲ ਜਾਣਗੇ, ਤੁਹਾਡੇ ਕਿਤੇ ਛੋਟਾ ਹੈ ਹੀ ਕੋਈ ਸਾਰੀ ਜਠੇਰੇ। ਇਹਨਾਂ ਇੱਟਾਂ ਨੂੰ ਮੰਨਿਆ ਤੋਂ ਕੁਛ ਨਹੀਂ ਹੋਣਾ, ਇਹਨਾਂ 'ਚ ਕੀ ਹੈ, ਮਿਸਤਰੀ ਦੀਆਂ ਬਣਾਈਆਂ ਨੇ, ਮਿਸਤਰੀ ਦੀਆਂ ਲਾਈਆਂ ਨੇ, ਆਪੀ ਪੇਂਟ ਕਰ ਲੈਂਦੇ ਨੇ, ਆਪੀ ਕੋਲੀ ਭੋਗ ਲਾ ਕੇ ਦੀਵਾ ਬਾਲ ਕੇ ਆਪੀ ਕਹੀ ਜਾਂਦੇ ਬਾਬਾ ਖੇਤ ਬੰਨੇ ਦੀ ਰੱਖਿਆ ਕਰ, ਮੈਂ ਕਿਹਾ ਇਹਨਾਂ ਨੇ ਨਹੀਂ ਕਰਨੀ। ਹੁਣ ਤੇ ਬਿਹਾਰ ਵਾਲੇ ਮਾਲਕ ਨੇ ਉਹ ਕਰਦੇ ਆ, ਉਹਨਾਂ ਦੇ ਜਠੇਰੇ ਆਣਗੇ, ਅਰੇ ਬੱਬੂਆ ਜਿੱਥੋਂ ਮਾਰਾ ਖੇਤ ਹੈ ਆਓ ਪੇਟੀ ਜਾਏ ਤੁਹਾਡੇ ਸਾਹਮਣੇ ਆ। ਜਿਹੜੇ ਹਾਲਾਤ ਅੱਜ ਸਾਡੇ ਪੰਜਾਬ ਦੇ ਬਣੇ, ਪੰਜਾਬ ਬਾਰੇ ਸਿੱਖ ਜਾਂਦੇ, ਇੱਕ ਨਿਆਣਾ ਉਹ ਵੀ ਬਾਹਰ ਬੁੜੇ ਇੱਥੇ ਝਾਕੀ ਜਾਂਦੇ ਬੈਠੇ ਉੱਲੂ ਵਾਂਗੂ ਵੀ ਸਾਨੂੰ ਬੁਲਾਊਗਾ, ਅਸੀਂ ਉੱਥੇ ਜਾਵਾਂਗੇ, ਉੱਥੇ ਜਾ ਕੇ ਕਹਿੰਦੇ ਹੁਣ ਸਾਡਾ ਜੀ ਨਹੀਂ ਲੱਗਦਾ ਅਸੀਂ ਪੰਜਾਬ ਨੂੰ ਜਾਣਾ ਹੈ। ਫਿਰ ਆਏ ਕੀ ਕਰਨ ਸੀ, ਆਏ ਕੀ ਕਰਨ ਸੀ, ਅੱਜ ਬਸ ਆਹੀ ਜਿਹੜਾ ਅਪ ਡਾਊਨ ਹੀ ਸਾਨੂੰ ਲੈ ਬੈਠਾ, ਇਹਦੇ 'ਚ ਹੀ ਫਸੇ ਹੋਏ ਆ ਮੰਝ ਧਾਰ ਦੇ ਵਿੱਚ, ਨਾ ਨਾਮ ਜਪਿਆ, ਨਾ ਬੰਦਗੀ ਕੀਤੀ, ਨਾ ਅੰਮ੍ਰਿਤ ਛਕਿਆ, ਨਾ ਗੁਰੂ ਵਾਲੇ ਬਣੇ, ਨਾ ਸਿੱਖੀ ਦਾ ਕੋਈ ਪ੍ਰਚਾਰ ਕੀਤਾ, ਨਾ ਪ੍ਰਸਾਰ ਕੀਤਾ, ਨਾ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ, ਬਸ ਸਾਡੀ ਵਿਰਤੀ ਇੱਥੇ ਹੀ ਫਸੀ ਹੋਈ, ਉਹ ਮਾਇਆ ਦੇ ਤੋਂ ਬਾਹਰ ਨਹੀਂ। ਦੋਨੇ ਸਿੱਖਾਂ ਨੂੰ ਮਰਦ ਨੇ ਜ਼ਿੰਮੇਵਾਰੀ ਦਿੱਤੀ, ਕੰਮ ਬੜਾ ਖਤਰੇਦਾ ਹੈ, ਸੋਚ ਕੇ ਵੇਖੋ ਐਡੀ ਵੱਡੀ ਧਿਰ ਨਾਲ ਮੱਥਾ ਲਾਉਣਾ। ਜਿਹੜੇ ਯੋਗੀ ਲੋਕਾਂ ਨੂੰ ਨਹੀਂ ਬਖਸ਼ਦੇ, ਸੱਪ ਬਣ ਕੇ ਲੋਕਾਂ ਦੇ ਘਰਾਂ 'ਚ ਆ ਕੇ ਦੁਨੀਆਂ ਨੂੰ ਡੰਗ ਡੰਗ ਮਾਰ ਦਿੰਦੇ ਵੀ ਸਾਨੂੰ ਹੀ ਮੰਨਦਾ, ਰਾਤਾਂ ਨੂੰ ਸੌਣ ਨਹੀਂ ਦਿੰਦੇ, ਅੱਗਾਂ ਲਾ ਦਿੰਦੇ ਘਰਾਂ ਨੂੰ,
ਤੇ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਦੀ ਕਿਰਪਾ ਨਾਲ ਫਿਰ ਜ਼ਿੰਮੇਵਾਰੀ ਚੁੱਕੀ ਹੈ। ਸਤਨਾਮ ਕੋ ਦੇਵ ਉਪਦੇਸ਼ੂ ਗੁਰਮੁਖ ਪੰਥ ਦੜਾਓ ਸ਼ੀਸ਼ੂ। ਸਤਿਗੁਰਾਂ ਨੇ ਫਿਰ ਉਸ ਵਕਤ ਬਚਨ ਕੀਤਾ, ਕਹਿੰਦੇ ਸਤਨਾਮ ਵਾਹਿਗੁਰੂ ਆਪਣੀ ਰਚਨਾ ਤੋਂ ਕੋਈ ਸਿੱਧ ਕੋਈ ਤਾਕਤ ਤੁਹਾਡੇ ਸਾਹਮਣੇ ਅੜੂਗੀ ਨਹੀਂ। ਆਖੋ ਸਤਨਾਮ ਪੱਧਰੇ ਰਾਹ ਹੋਣਗੇ। ਇਹ ਵੀ ਸੱਚ ਹੈ ਜੀ, ਤੁਸੀਂ ਨਾਮ ਜਪ ਕੇ ਤਾਂ ਵੇਖੋ, ਐਵੇਂ ਥੋੜਾ ਉੱਤੇ ਲੋਕਾਂ ਵਾਹਿਗੁਰੂ 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 ਲੋਕ ਆਇਆ ਭੱਜੇ ਫਿਰਦੇ ਮੈਂ ਠੰਡ ਲੱਗਦੀ ਹੁੰਦੀ ਹੈ ਯਾਰ। ਨਾਮ ਜਪੋ, ਪਿਆਰ ਨਾਲ ਜਪੋ। ਇੱਕ ਘਰ ਵਾਲੀ ਆਪਣੇ ਪਤੀ ਨੂੰ ਆਵਾਜ਼ ਮਾਰਨ ਲੱਗੇ ਵੀ ਜੀ ਕਹਿੰਦੀ ਹੈ, ਬੱਚੇ ਮਾਂ ਬਾਪ ਨੂੰ ਵੀ ਜੀ ਕਹਿੰਦੇ। ਅਸੀਂ ਕਦੇ ਵਾਹਿਗੁਰੂ ਨੂੰ ਜੀ ਆਖਿਆ ਨੀ, ਵਾਹਿਗੁਰੂ ਨੂੰ ਏਦਾਂ ਬੁਲਾਉਂਦੇ ਹਾਂ ਜਿਵੇਂ ਕਿਤੇ ਸਾਡਾ ਭਤੀਜਾ ਲੱਗਦਾ ਹੁੰਦਾ। ਵਾਹਿਗੁਰੂ ਬਸ ਸੁਣਿਆ ਲੋਕਾਂ ਦੇ ਹਾਲ, ਮੈਂ ਤੁਹਾਨੂੰ ਤਾਂ ਨੀ ਕਦੇ ਮਿਲਦਾ। ਭੁਲੇਖਾ ਕੱਢ ਦੋ ਵੀ ਇਸ ਜਨਮ ਦੀ ਸੱਤਾਂ ਜਨਮਾਂ ਚ ਨਹੀਂ ਮਿਲਣਾ, ਜਿਹੜੇ ਹਿਸਾਬ ਨਾਲ ਤੁਸੀਂ ਆਵਾਜ਼ਾਂ ਮਾਰਦੇ ਹੋ ਯਾਰ। ਤੁਸੀਂ ਕਿਸੇ ਸਿਆਣੇ ਬੰਦੇ ਨੂੰ ਨਾ ਲੈ ਕੇ ਆਵਾਜ਼ ਮਾਰੋ, ਓਏ ਫਲਾਣੇ ਇੱਧਰ ਆ, ਉਹ ਵੀ ਕੰਨ ਜੇ ਪੁੱਛ ਕੇ ਪਰਾਂ ਕਰ ਲੈਂਦਾ ਵੀ ਇੰਨੇ ਬੰਦਿਆਂ ਸਾਹਮਣੇ ਯਾਰ ਇਹਨੂੰ ਬੋਲਣ ਦੀ ਅਕਲ ਵੀ ਮੈਂ ਕੋਲ ਜਾਵਾਂ, ਜੇ ਮੈਂ ਜਾਊਂਗਾ ਕੱਢ ਕੇ। ਇਹ ਹੈ, ਇਹ ਤੇ ਬੜਾ ਸਤਿਕਾਰ ਰੱਖੀ ਫਿਰਦਾ ਲੋਕਾਂ ਚ, ਉਹਨੂੰ ਪੁੱਛਦੇ ਕੋਈ ਨੀ। ਅਸੀਂ ਰੱਬ ਨਾਲ ਉਦਾਂ ਪੇਸ਼ ਆ ਰਹੇ ਹਾਂ। ਬਾਣੀ ਨੂੰ ਪੁੱਛੋ, ਸਤਿਗੁਰਾਂ ਨੂੰ ਪੁੱਛੋ, ਮਰਦ ਕਿਵੇਂ ਜਪਣਾ। ਸਤਿਗੁਰੂ ਤੇ ਇੱਥੋਂ ਤੱਕ ਦੱਸਦੇ, ਜੇ ਕੋ ਜੀਓ ਕਹੇ ਉਹਨਾਂ ਨੂੰ ਜਮ ਕੀ ਦਰਬ ਨਾ ਹੋਈ। ਕਹਿੰਦੇ ਨਾਮ ਜਪਣ ਵਾਲਿਆਂ ਨੂੰ ਤੁਸੀਂ ਜੀ ਜੀ ਕਹਿ ਕੇ ਬੁਲਾ ਲਓ, ਸਤਿਕਾਰ ਨਾਲ ਬੁਲਾ ਕੇ ਵੇਖੋ, ਤੁਹਾਨੂੰ ਕਦੇ ਜਮਾਂ ਨੇ ਹੱਥ ਨਹੀਂ ਪਾਉਣਾ ਸਤਨਾਮ ਤੇ। ਜੇ ਉਸ ਵਾਹਿਗੁਰੂ ਨੂੰ ਜੀ ਆਖੋਗੇ, ਉਸ ਰੱਬ ਨੂੰ ਰੱਬ ਜੀ ਕਹੋਗੇ, ਪਿਆਰ ਵਿੱਚ ਕਹੋਗੇ, ਤੁਸੀਂ ਵੇਖਿਓ ਤੁਹਾਡਾ ਤਾਣਾ ਬਾਣਾ ਕਿੱਦਾਂ ਮਹਾਨ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਸਤਨਾਮ ਵਾਹਿਗੁਰੂ ਜੀ ਦਾ ਉਪਦੇਸ਼ ਕਰਨਾ, ਇਹ ਨਾਮ ਜਪਣਾ, ਇਹ ਆਮ ਲੋਕਾਂ ਨੂੰ ਨਹੀਂ ਜਪਾਉਣਾ, ਇਹ ਸਿੱਧਾਂ ਦੇ ਮੱਠਾਂ ਚ ਜਾ ਕੇ ਜਪਾਉਣਾ ਸਤਨਾਮ। ਵੀ ਸੱਪ ਦੀ ਫੁੱਟ ਕੀ ਹੱਥ ਪਾਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਮੇਲਿਆਂ ਤੇ ਕਿਉਂ ਜਾਂਦੇ ਸੀ, ਮਸਜਿਦਾਂ ਚ ਕਿਉਂ ਜਾਂਦੇ ਸੀ? ਵੀ ਉੱਥੇ ਲੋਕ ਇਕੱਠੇ ਹੋਏ ਮਿਲ ਜਾਂਦੇ ਆ, ਤੇ ਜਦੋਂ ਫਿਰ ਸਾਰੇ ਇਕੱਠੇ ਹੁੰਦੇ ਫਿਰ ਉਪਦੇਸ਼ ਦੇਣਾ ਬੜਾ ਸੌਖਾ ਹੋ ਜਾਂਦਾ। ਜਦੋਂ ਉਪਦੇਸ਼ ਬੱਚੇ ਕਹਿੰਦਾ ਹਜ਼ਾਰ ਬੰਦੇ ਨੇ ਸੁਣਿਆ, ਉਹਨੇ ਅੱਗੇ ਜਾ ਕੇ ਦੱਸਣਾ, ਇਕੱਲੇ ਇਕੱਲੇ ਨੂੰ ਸਮਝਾਵਾਂਗੇ ਗੱਲ, ਐਨਰਜੀ ਵੇਸਟ ਹੈ, ਟਾਈਮ ਵੇਸਟ ਹੈ। ਮਰਦ ਕਹਿੰਦੇ ਮੱਠਾਂ ਵਿੱਚ ਜਾਇਓ, ਜਾਇਓ ਦੋਵੇਂ, ਸਤਨਾਮ ਵਾਹਿਗੁਰੂ ਦਾ ਜਾ ਕੇ ਹੋਕਾ ਦੇਣਾ ਏ। ਭਾਈ ਪਰਿਆ ਜੀ ਕਹਿੰਦੇ ਮਰਦ ਇਹ ਨਾ ਹੋਵੇ ਅਸੀਂ ਸਤਨਾਮ ਵਾਹਿਗੁਰੂ ਜਾਗੇ ਚ ਪਾਈਏ ਤੇ ਸਿੱਧ ਸਾਨੂੰ ਆਲੇ ਦੁਆਲੇ ਅੱਗ ਲਾ ਲੈਣ, ਘੇਰਾ ਪਾ ਲੈਣ, ਤੇ ਫਿਰ ਕੀ ਕਰਾਂਗੇ ਮਹਾਰਾਜ? ਕੋਈ ਜੰਤਰ ਮੰਤਰ ਵੀ ਦਿਓ। ਗੁਰੂ ਸਾਹਿਬ ਹੱਸ ਕੇ ਕਹਿੰਦੇ ਅੱਜ ਤੋਂ ਤੁਹਾਡੀ ਜ਼ੁਬਾਨ ਹੀ ਤਲਵਾਰ ਆਖੋ ਸਤਨਾਮ, ਰਸਨਾ ਤਲਵਾਰ ਹੈ ਤੁਹਾਡੀ, ਯੰਤਰ ਮੰਤਰ ਕੀ ਚੀਜ਼ਾਂ ਨੇ? ਰੱਬ ਦੇ ਪਿਆਰੇ ਅੱਜ ਵੀ ਕੋਈ ਤਬੀਤ ਬੰਨੀ ਫਿਰਦਾ ਤੋੜ ਕੇ ਸੁਣ, ਕੋਈ ਟੂਣਾ ਚੱਕੀ ਫਿਰਦਾ, ਉਹ ਵੀ ਕਹਿੰਦੇ ਲੈ ਮਾਰੋ ਟੁੱਟਾ ਕੁਛ ਨਹੀਂ ਹੋਇਆ, ਜਿਹਨਾਂ ਤੇ ਦੁਨੀਆਂ ਡਰਦੀ, ਇੱਥੇ ਭੂਤ ਆ, ਇੱਥੇ ਪ੍ਰੇਤ ਆ, ਇੱਥੇ ਨਹੀਂ ਜਾਣਾ, ਉਹ ਕਹਿੰਦੇ ਲੈ ਆਵੇ ਸਾਡੇ ਸਾਹਮਣੇ ਜਾਣਾ। ਐਡਾ ਮਾਣ ਆਪਣੇ ਗੁਰੂ ਤੇ ਆ, ਐਡੀ ਬਖਸ਼ਿਸ਼ ਉਹ ਸਤਿਗੁਰ ਦੀ ਹੁੰਦੀ ਜੀਵਨ ਦੇ ਵਿੱਚ, ਤੇ ਗੁਰੂ ਸਾਹਿਬ ਕਹਿੰਦੇ ਸਿੱਖੋ ਮੱਠ ਢਾਉਣੇ ਨੇ ਜਾ ਕੇ ਆਖੋ ਸਤਨਾਮ। ਮੱਠ ਬੰਦੇ ਦੀ ਪੂਜਾ ਹੋ ਰਹੀ ਹੈ, ਹਰ ਕੋਈ ਰੱਬ ਬਣਿਆ ਬੈਠਾ ਰੱਬ ਦਾ ਸ਼ਰੀਕ, ਤੇ ਖਾਲੀ ਮੱਠਾਂ ਨੂੰ ਲੋਕ ਪੂਜਦੇ ਨੇ। ਬਦੇ ਨ ਕਾਹੂ ਦੇਖ ਦੇਰ, ਮਾਰ ਦੇ ਬੈਰੀ ਬਿਨ ਦੇਰ। ਮਹਾਰਾਜ ਮੱਠ ਢਾ ਦਾਂਗੇ ਸਾਨੂੰ ਮਾਰ ਦੇਣਗੇ, ਕਿਉਂਕਿ ਇੱਕ ਸਿੱਧ ਹੋਵੇ ਮੁਕਾਬਲਾ ਕਰ ਲਈਏ, ਉੱਥੇ ਕਿਹੜਾ ਗਿਣਤੀ ਹੈ ਜੀ ਕਿੰਨੇ ਹੋਣਗੇ, ਕਿੰਨਿਆਂ ਨੇ ਆ ਜਾਣਾ, ਕਿਹਦੀ ਕਿੰਨੀ ਪਾਵਰ ਹੈ, ਕਿਹਦੀ ਕਿੰਨੀ ਤਾਕਤ ਹੈ। ਕਹਿੰਦੇ ਮਹਾਰਾਜ ਇਕੱਲਾ ਸਤਨਾਮ ਵਾਹਿਗੁਰੂ ਜਪਾਂਗੇ, ਸਤਿਗੁਰੂ ਕਹਿੰਦੇ ਹਾਂ,
ਜਦ ਨਾਮ ਜਪੋਗੇ ਸਿੱਧਾਂ ਦੀਆਂ ਤਾਕਤਾਂ ਤੁਹਾਡੇ ਸਾਹਮਣੇ ਆਪੇ ਹੀ ਖਤਮ ਹੋ ਜਾਣਗੀਆਂ। ਤੁਸੀਂ ਵੀ ਨਾਮ ਜਪ ਕੇ ਵੇਖੋ, ਕਦੇ ਬੰਦਗੀ ਕਰਕੇ ਵੇਖੋ, ਬਾਣੀ ਪੜ੍ਹ ਕੇ ਵੇਖੋ, ਤੁਹਾਨੂੰ ਦੁਖੀ ਕਰਨ ਵਾਲੇ ਆਪ ਪਿੱਟ ਦੇ ਫਿਰਨਗੇ। ਜਿਹੜਾ ਵੀ ਤੁਹਾਨੂੰ ਪਰੇਸ਼ਾਨ ਕਰਨ ਆਉਂਦਾ ਹੈ, ਬਾਣੀ ਤੁਹਾਡੀ ਢਾਲ ਬਣ ਜੂਗੀ। ਮੰਨ ਲਓ ਤੁਹਾਡੇ ਕਿਸੇ ਨੇ ਪੱਥਰ ਮਾਰਿਆ, ਬੁਰ ਕੇ ਉਹਦੇ ਜਾ ਵੱਜਦਾ। ਜਿਹਨੇ ਤੁਹਾਡੀ ਨਿੰਦਿਆ ਕੀਤੀ ਉਹਦੀ ਹੋ ਜਾਣੀ ਹੈ, ਜਿਹਨੇ ਤੁਹਾਨੂੰ ਭੰਡਿਆ ਉਹਨੇ ਖੁਦ ਭੰਡਿਆ ਜਾਣਾ। ਇਹ ਹੈ ਬੰਦਗੀ ਕਰਕੇ ਦੇਖੋ, ਕਦੇ ਨਾਮ ਜਪ ਕੇ ਵੇਖੋ। ਗੁਰੂ ਸਾਹਿਬ ਨੇ ਉਸ ਵਕਤ ਬਚਨ ਕੀਤੇ ਭਰੇ ਦਰਬਾਰ ਵਿੱਚ ਕੀਤੇ, ਕਹਿੰਦੇ ਭਾਈ ਕਟਾਰਾ ਜੀ ਤੇ ਭਾਈ ਕਰਈਆ ਜੀ, ਗੁਰੂ ਵਾਹਿਗੁਰੂ ਤੇ ਐਡਾ ਭਰੋਸਾ ਰੱਖਣਾ, ਤੁਹਾਡੇ ਸਾਹਮਣੇ ਕੋਈ ਕਰਾਮਾਤ ਨਾਲ ਪਹਾੜ ਵੀ ਆ ਜੇ ਤੁਸੀਂ ਡੋਲਣਾ ਨਹੀਂ। ਬਿਨਾ ਸ਼ਕਤ ਕਿਮ ਕਹਾਂ ਸਿਧਾਵੈ, ਸਤਨਾਮ ਕਿਮ ਤੈਨੂੰ ਜਪਾਵੈ। ਸਿੱਖ ਹੱਸ ਕੇ ਕਹਿੰਦੇ ਮਹਾਰਾਜ, ਅਸੀਂ ਸਤਨਾਮ ਜਪਾਈ ਜਾਈਏ ਤੇ ਅਗਲੇ ਚੌਕੇ ਸਾਨੂੰ ਬਾਹਰ ਮਾਰਨ ਮੰਨਦੇ ਨੇ। ਉਹ ਗੱਲਾਂ ਪਹਿਲਾਂ ਸੀ, ਹੁਣ ਨਹੀਂ। ਹੁਣ ਤੁਹਾਡੀ ਰਸਨਾ ਤੇ ਗੁਰੂ ਨਾਨਕ ਸਾਹਿਬ ਦਾ ਵਾਸਾ। ਸਤਿਨਾਮ ਜਦੋਂ ਇਹ ਵਚਨ ਹੋ ਜੇ ਤੇ ਪਿੱਛੇ ਵੀ ਰਹਿ ਗਿਆ। ਸਭ ਤੋਂ ਵੱਡੀ ਮਹਾਂ ਤਾਕਤ ਹੈ ਯੂਨੀਵਰਸ ਦੀ, ਸਭ ਤੋਂ ਵੱਡੀ ਤਾਕਤ ਨੇ ਗੁਰੂ ਨਾਨਕ ਸਾਹਿਬ। ਤੇ ਜੇ ਗੁਰੂ ਨਾਨਕ ਸਾਹਿਬ ਦਾ ਵਾਸਾ ਸਿੱਖ ਦੀ ਰਸਨਾ ਤੇ ਹੈ, ਦੁਨੀਆਂ ਦਾ ਜੰਤਰ ਮੰਤਰ ਤੰਤਰ ਕਦੇ ਅੜ ਨਹੀਂ ਸਕਦਾ। ਹੈ ਪਰਸੰਨ ਤਿਨ ਸੰਦ ਉਚਾਰਾ, ਅਬ ਤੇ ਫੁਰੈ ਸੋ ਬਾਕ ਤੁਮਾਰਾ। ਸਿੱਖੋ ਤੁਹਾਡੇ ਬਚਨ ਫੁਰਨਗੇ, ਬਚਨ ਫੁਰਨ ਦੀ ਸਮਰੱਥਾ। ਦੇਖੋ ਸਾਨੂੰ ਸੰਕਲਪ ਫੁਰਦੇ ਆ ਜੀ, ਆਪਾਂ ਜਿੰਨੇ ਬੈਠੇ ਆ ਸਾਰੇ ਕਥਾ ਸੁਣਦੇ ਆ ਵੀ ਪੁੱਠੇ ਸਿੱਧੇ ਗਿਆ ਲਾਈ ਜਾਂਦੇ, ਕਦੇ ਕਿਸੇ ਪ੍ਰਤੀ ਕਦੇ ਕਿਸੇ ਪ੍ਰਤੀ, ਇਹ ਫੁਰਦਾ ਨਾ। ਤੇ ਬੰਦਗੀ ਵਾਲਿਆਂ ਤੇ ਬਚਨ ਫੁਰਦੇ ਨੇ, ਉਹ ਜੋ ਕਹਿ ਦੇਣ ਪੱਥਰ ਤੇ ਲਕੀਰ ਹੁੰਦਾ ਪੱਥਰ ਦੇ। ਸਾਹਿਬ ਕਹਿੰਦੇ ਤੁਹਾਡੇ ਬਚਨ ਫੁਰਨਗੇ, ਤੁਹਾਡੇ ਬਚਨਾਂ ਦੀ ਤਾਬ ਸਿੱਧਾਂ ਤੇ ਯੋਗੀਆਂ ਤੋਂ ਚਲੀ ਨਹੀਂ ਜਾਣੀ। ਆਖੋ ਸਤਨਾਮ ਐਡਾ ਬੋਲਾ ਕਿਸੇ ਦਾ ਨਹੀਂ ਹੈ, ਨਾ ਗੋਰਖਨਾਥ ਦਾ, ਨਾ ਮਛਿੰਦਰ ਨਾਥ ਦਾ, ਨਾ ਲੋਹਾ ਵੀ ਪਾਤਾ, ਕਿਸੇ ਤੋਂ ਨਹੀਂ ਹੋਣਾ। ਕਹਿੰਦੇ ਤੁਹਾਡੇ ਸਾਹਮਣੇ ਬੋਲਤੀ ਬੰਦ ਹੋਵੇਗੀ। ਸ਼ਕਤ ਵਿਸਾਲ ਹੋਏ ਤੁਮ ਮਾਹੀ, ਤੁਮ ਟਿਕ ਮੰਤਰ ਜੰਤਰ ਪੁਰ ਨਾਹੀ। ਸਭ ਕਹਿੰਦੇ ਤੁਹਾਨੂੰ ਮੰਤਰਾਂ ਜੰਤਰਾਂ ਦੀ ਕੀ ਲੋੜ ਹੈ, ਤੁਹਾਡੇ ਚ ਇੰਨੀਆਂ ਵਿਸ਼ਾਲ ਕਰਾਮਾਤਾਂ ਸ਼ਕਤੀਆਂ ਉੱਥੇ ਜਾ ਕੇ ਆ ਜਾਣੀਆਂ ਨੇ। ਉਹ ਸਿੱਧ ਆਪਣੇ ਮੰਤਰ ਆਪ ਹੀ ਭੁੱਲ ਜਾਣਗੇ। ਆਖੋ ਸਤਨਾਮ ਵੀ ਜਿਹਦਾ ਮੰਤਰ ਉਸੇ ਨੇ ਭੁੱਲ ਜਾਣਾ। ਕਰਾਮਾਤ ਹੁੰਦੀ ਹੈ, ਬੜੇ ਲੋਕਾਂ ਕੋਲ ਕਰਾਮਾਤ ਹੁੰਦੀ, ਉਹਨਾਂ ਦੀ ਜ਼ੁਬਾਨ। ਮੰਨ ਲਓ ਚਾਰ ਬੰਦੇ ਤੁਹਾਡੇ ਨਾਲ ਗੱਲਾਂ ਕਰਦੇ ਸੀ, ਤੁਸੀਂ ਇੱਕੋ ਗੱਲ ਕੀਤੀ, ਚਾਰੇ ਭੁੱਲ ਕੇ ਵੀ ਗੱਲ ਕੀ ਸੀ ਉਹਦੀ ਜ਼ੁਬਾਨ ਜਾਂਦੀ। ਜ਼ੁਬਾਨ ਵੀ ਕਲਾਮ ਹੈ, ਜ਼ੁਬਾਨ ਵੀ ਕਰਾਮਾਤ ਹੈ। ਸਾਹਿਬ ਕਹਿੰਦੇ ਤੁਹਾਡੇ ਬਚਨਾਂ ਨੂੰ ਸੁਣ ਕੇ ਯੋਗੀ ਆਪਣੇ ਮੰਤਰ ਤੰਤਰ ਤੇ ਜੰਤਰ ਦੀ ਵਿਦਿਆ ਖੋ ਬੈਠਣਗੇ। ਤੁਸੀਂ ਕਿਸੇ ਤੋਂ ਡਰਨਾ ਨਹੀਂ, ਕਿਸੇ ਤੋਂ ਝਿਪਣਾ ਨਹੀਂ। ਆਪ ਜਾ ਕੇ ਲੋਕਾਂ ਨੂੰ ਪੁੱਛ ਪੁੱਛ ਕੇ ਜੋਗੀਆਂ ਦੇ ਮੱਠ ਥੌੜਿਆਂ ਨਾਲ ਢਾਉਂਦੇ ਨੇ, ਲੋਕਾਂ ਤੋਂ ਵੀ ਢਾਉਂਦੇ ਆਪ ਢਾਉਂਦੇ। ਕਹਿੰਦੇ ਮੱਠ ਢਾ ਕੇ ਉੱਤੇ ਧਰਮਸ਼ਾਲਾ ਬਣਾਉਣੀ ਹੈ, ਕਿਉਂਕਿ ਇਹ ਕਰਮ ਕਾਂਡ ਪਖੰਡ ਸੀ। ਵੇਖੋ ਮਰਦ ਨੇ ਕਦੇ ਯੋਗੀਆਂ ਨੂੰ ਮਾੜਾ ਨਹੀਂ ਕਿਹਾ, ਯੋਗੀ ਤੇ ਗੁਰੂ ਸਾਹਿਬ ਕੋਲ ਆਪ ਆਉਂਦੇ ਸੀ। ਪਖੰਡ ਕਰਨ ਵਾਲਾ ਭਾਵੇ ਸੱਜਣ ਠੱਗ ਹੋਵੇ, ਭਾਵੇ ਕੋਈ ਯੋਗੀ ਹੋਵੇ, ਭਾਵੇ ਕੋਈ ਤਪਾ ਹੋਵੇ, ਗੁਰੂ ਸਾਹਿਬ ਨੇ ਕਦੇ ਨਹੀਂ ਬਖਸ਼ਿਆ। ਸਤਨਾਮ ਤੇ ਨਾ ਕਦੇ ਖਾਲਸਾ ਬਖਸ਼ੇ। ਦੇਖੋ ਪਖੰਡ ਸ਼ਬਦ ਆਇਆ, ਕਿਸੇ ਧਰਮ ਨੂੰ ਟਾਰਗੇਟ ਕਦੇ ਨੀ ਮਰਦ ਨੇ ਕੀਤਾ, ਨਾ ਕਦੇ ਕਰਨ ਦਾ। ਧਰਮ ਤੇ ਸਾਰੇ ਚੰਗੇ ਆ, ਹੁਣ ਸਿੱਖ ਧਰਮ ਵਿੱਚ ਸਾਰੇ ਲੋਕ ਥੋੜ੍ਹਾ ਚੰਗੇ ਆ ਜੀ।
ਅੱਜ ਕੱਲ ਜਿਹੜੀ ਟਿੱਡੀ ਭੁਣਕੀ ਤੁਰੀ ਫਿਰਦੀ ਹੈ, ਕਿਸੇ ਕੋਲ ਨਿਤਨੇਮ ਹੈ, ਕਿਸੇ ਨੂੰ ਜਪਜੀ ਸਾਹਿਬ ਕੰਠ ਹੈ, ਕੋਈ ਬੰਦਗੀ ਕਰਦਾ, ਕੋਈ ਨਾਮ ਜਪਦਾ, ਕੋਈ ਅੰਮ੍ਰਿਤ ਵੇਲੇ ਉੱਠਦਾ, ਗੱਲਾਂ ਸਾਡੇ ਕੋਲ ਸਾਰੇ ਨੇ। ਮੈਂ ਕਹਿੰਦਾ ਜਿਹਨੂੰ ਮਰਜ਼ੀ ਵੇਖ ਲਓ ਜਾ ਕੇ, ਬੰਦੇ ਅਜੇ ਤੱਕ ਬੁੱਢੇ ਹੋ ਗਏ ਜੀ, ਹਾਰ ਸ਼ਿੰਗਾਰਾ ਵੀ ਨਹੀਂ ਨਿਕਲਦੇ। ਤੇ ਜਿਹੜੇ ਅਜੇ 17 ਸਾਲਾਂ ਦੇ ਵਿੱਚ ਵੀ ਇਸ ਮੈਲ ਤੋਂ ਨਹੀਂ ਨਿਕਲੇ, ਉਹ ਕਿਹੜੀ ਆਸ ਰੱਖਦੇ ਵੀ ਅੱਸੀਆਂ ਨੱਬਿਆਂ 'ਚ ਸਾਨੂੰ ਖੰਡਾ ਵਰਦਾ ਮਿਲ ਜੂ, ਸਾਨੂੰ ਕਲਗੀ ਵਾਲੇ ਦਾ ਦਰਬਾਰ ਮਿਲ ਜੂ? ਮੈਲ ਤੇ ਕਰੀ ਹੈ ਮਨ ਦੇ ਵਿੱਚ। ਦੀਨ ਦੁਨੀਆਂ ਦੇ ਮਾਲਕ ਸਤਿਗੁਰ ਕਹਿੰਦੇ, ਜਦ ਤੁਸੀਂ ਯੋਗੀਆਂ ਦੇ ਮੱਠ ਢਾਓਗੇ, ਡਰੇ ਹੋਏ ਲੋਕਾਂ ਨੂੰ ਮੋਰਲ ਸਪੋਰਟ ਦੇਣੀ ਹੈ, ਉਹਨਾਂ ਨੂੰ ਡਰਨ ਤੋਂ ਹਟਾਉਣਾ ਹੈ, ਉਹਨਾਂ ਨੂੰ ਆਸਰਾ ਦੇਣਾ ਹੈ। ਜੋਗੀ ਤੁਮਕੋ ਦੇਖ ਨਾ ਸਕੈ, ਪਰਮ ਚਿੱਤ ਹੋਏ ਪਾਗਵੋ ਤਤੈ। ਅਗਲਾ ਵਚਨ ਪਰਮ ਨੇ ਆਖਿਆ, ਕਹਿੰਦੇ ਜੋਗੀਆਂ ਦੇ ਮੱਠ ਵਿੱਚ ਜਦੋਂ ਤੁਸੀਂ ਜਾਓਗੇ, ਮੱਠ ਢਾਓਗੇ, ਤੁਹਾਨੂੰ ਵੇਖ, ਜੋਗੀ ਅੰਨੇ ਹੋਣਗੇ, ਤੁਹਾਨੂੰ ਵੇਖ ਨਹੀਂ ਸਕਣਗੇ, ਆਖੋ ਸਤਨਾਮ। ਤੇ ਜਦੋਂ ਤੁਸੀਂ ਦਿਸਣੇ ਨਹੀਂ ਉਹਨਾਂ ਨੂੰ, ਤੇ ਇਹਨਾਂ ਦੇ ਮੰਤਰ ਵੀ ਜਰੂਰ। ਦੇਖੋ ਸਾਨੂੰ ਕੋਈ ਕਹੇ ਕਿ ਟਾਰਗੇਟ ਲਾ, ਨਿਸ਼ਾਨਾ ਲਾ, ਆਪਾਂ ਕਹਿੰਦੇ ਨਿਸ਼ਾਨਾ ਤਾਂ ਲਾਵਾਂਗੇ ਕਿਸੇ ਤੇ ਸਹੀ ਹੋਈ। ਅੰਤਾਂ ਦੀ ਸਰਦੀ ਹੋਵੇ, ਧੁੰਦ ਪਈ ਹੋਵੇ, ਡਰਾਈਵਰ ਵੀ ਹੱਥ ਖੜੇ ਕਰ ਦਿੰਦੇ, ਕਹਿੰਦੇ ਯਾਰ ਸੜਕ ਤੇ ਦਿਖਦੀ ਨਹੀਂ ਗੱਡੀ, ਕਿੱਥੋਂ ਲੱਗੀ ਹੈ, ਨਿਸ਼ਾਨਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਤੁਸੀਂ ਅਦ੍ਰਿਸ਼ ਹੋਵੋਗੇ, ਮੱਠਾਂ ਨੂੰ ਢਾ ਦਿਓ ਜਾ ਕੇ, ਅੰਦਰ ਜਿਹੜੀਆਂ ਮੂਰਤੀਆਂ ਬਣਾ ਕੇ ਉਹਨਾਂ ਪਖੰਡ ਕੀਤਾ, ਕੁਕਰਮ ਕਰਦੇ ਹੋ, ਕਿਉਂਕਿ ਉਹ ਕਰਦੇ ਸੀ ਮਾੜੇ ਕਰਮ। ਜਿਹਦੀ ਔਰਤ ਸੋਹਣੀ ਲੱਗੀ ਯੋਗੀਆਂ ਚੁੱਕ ਲਿਆਉਣੀ, ਉਹਨੂੰ ਭੋਗਣਾ, ਮਾੜੇ ਕਰਮ ਕਰਨ। ਤੇ ਫਿਰ ਡਰਦਾ ਬੰਦਾ ਬੋਲਦਾ ਨਹੀਂ ਸੀ ਕੋਲੇ, ਕਹਿੰਦੇ ਕਰਾਮਾਤ ਨਾਲ ਕੁਛ ਵੀ ਕਰ ਸਕਦੇ। ਪਹਿਲਾਂ ਵੀ ਬੇਨਤੀ ਕੀਤੀ, ਕਿਸੇ ਦੇ ਘਰ ਸੱਪ ਬਣ ਕੇ ਆ ਗਏ, ਕਿਸੇ ਦੇ ਘਰ ਨੂੰ ਅੱਗ ਲਾ ਤੀ, ਕਿਸੇ ਦੇ ਪਸ਼ੂਆਂ ਦੇ ਥਣਾਂ 'ਚ ਖੂਨ ਚਲਾ ਤਾ। ਇਹ ਯੋਗੀਆਂ ਨੇ ਕਰ ਕਰਕੇ ਰਾਜੇ ਵੀ ਡਰਾਤੇ, ਰਾਜੇ ਭਰਥਰੀ ਵਰਗੇ ਵੀ ਯੋਗੀ ਬਣ ਗਏ ਮਜ਼ਬੂਰੀ 'ਚ। ਚਾਅ ਨਾਲ ਥੋੜ੍ਹੀ ਬਣਦਾ, ਜਦੋਂ ਡਾਂਗ ਗੁੜਕਦੀ ਬੰਦਾ ਆਪੇ ਭੱਜਿਆ ਫਿਰਦਾ, ਡਰਿਆ ਹੋਇਆ ਬੰਦਾ ਜਾਂਦਾ ਤਾਂਤਰਿਕਾਂ ਕੋਲੇ, ਚੰਗਾ ਭਲਾ ਥੋੜ੍ਹੀ ਜਾਊਗਾ। ਜਿਹਨੂੰ ਲੱਗਦਾ ਵੀ ਮੇਰੇ ਦਰਵਾਜ਼ੇ ਚਾਰੇ ਪਾਸੇ ਬੰਦ, ਮੇਰੇ ਕੰਮ ਨਹੀਂ ਬਣਦੇ, ਕਿਸੇ ਨੇ ਕਿਹਾ ਯਾਰ ਤੇਰਾ ਤੇ ਫਲਾਣੇ ਨੇ ਕੰਮ ਖਰਾਬ ਕੀਤਾ, ਕਹਿੰਦਾ ਫਿਰ ਜੇ ਖਰਾਬ ਕੀਤਾ ਤੂੰ ਦੱਸ ਤੇ ਖੋਲੂ ਕੌਣ? ਕਹਿੰਦਾ ਇੱਕ ਨਜ਼ਰ 'ਚ ਹੈ ਮੇਰੇ ਬੰਦਾ, ਮੇਰੇ ਨਾਲ ਚੱਲੀ ਫਲਾਣੇ ਦਿਨ ਚੱਲੀ, ਸ਼ਰਤਾਂ ਰੱਖ ਕੇ ਜਾਈ, ਜੇ ਸ਼ੰਕਾ ਕੀਤਾ ਕੰਮ ਨਹੀਂ ਬਣਨਾ। ਉਹ ਬੰਦਾ ਫਸਿਆ ਹੋਇਆ, ਕਹਿੰਦਾ ਯਾਰ ਮੈਂ ਸ਼ੰਕਾ ਨਹੀਂ ਕਰਨਾ, ਜੋ ਮਰਜ਼ੀ ਹੋ ਜੇ, ਮੇਰਾ ਤਾਂ ਕੰਮ ਹੋਣਾ ਚਾਹੀਦਾ। ਉਸ ਵਕਤ ਯੋਗੀਆਂ ਨੇ ਮਨਮਾਨੀਆਂ ਕੀਤੀਆਂ, ਲੋਕਾਂ ਨੂੰ ਲੁੱਟਿਆ, ਦੌਲਤ ਕਰਕੇ, ਧਨ ਕਰਕੇ, ਮਨਾ ਕਰਕੇ, ਗਰੀਬ ਦੇ ਗਰੀਬ ਰਹਿ ਗਏ, ਮਾੜਾ ਮੋਟਾ ਜਗ੍ਹਾ ਦਾ ਕੰਮ ਸਵਾਰ ਦੇਣਾ, ਲੋਕ ਮੱਥੇ ਟੇਕਦੇ ਫਿਰਦੇ ਸੀ। ਸਤਿਗੁਰੂ ਕਹਿੰਦੇ ਤੁਹਾਨੂੰ ਵੇਖ ਨਹੀਂ ਹੋ ਸਕਣਗੇ, ਤੁਸੀਂ ਉਹਨਾਂ ਨੂੰ ਵੇਖੋਗੇ। ਧਰਮਸਾਲ ਸਭ ਗ੍ਰਾਮ ਕਰਾਵੋ, ਭਜਨ ਕੀਰਤਨ ਕਰ ਸੁਖ ਪਾਵੋ। ਤੇ ਤੁਹਾਨੂੰ ਵੇਖ ਯੋਗੀ ਸਦਾ ਵਾਸਤੇ ਆਪਣੇ ਮੱਠ ਛੱਡ ਕੇ ਭੱਜ ਜਾਣਗੇ, ਤੇ ਜਦੋਂ ਉਹ ਭੱਜਣਗੇ, ਤੁਸੀਂ ਉੱਥੋਂ ਦੇ ਲੋਕਾਂ ਨੂੰ ਧਰਮਸ਼ਾਲਾ ਬਣਾ ਕੇ ਅਕਾਲ ਪੁਰਖ ਦੀ ਬੰਦਗੀ ਨਾਲ ਜੋੜ ਕੇ ਆ ਜਾਣਾ। ਸਤਨਾਮ। ਪਿੰਡ ਪਿੰਡ 'ਚ ਧਰਮਸ਼ਾਲਾ ਬਣਾਇਓ, ਤਾਂ ਜੋ ਲੋਕ ਖੁਸ਼ ਰਹਿਣ, ਇਕੱਠੇ ਬੈਠਣ, ਰੱਬ ਦਾ ਨਾਂ ਜਪਣ, ਇੱਕ ਦੂਜੇ ਦੇ ਕੰਮ ਆਵਣ। ਨਾਮ ਦਾਨ ਇਸ਼ਨਾਨ ਤਰੜਾਏ, ਪਾਵਨ ਦੇਸ਼ ਕਰੋ ਸਭ ਜਾਏ। ਸਾਰੇ ਦਾ ਸਾਰਾ ਦੇਸ਼ ਪਵਿੱਤਰ ਕਰਿਓ, ਨਾਮ ਜਪਾਇਓ, ਤੇ ਲੋਕਾਂ ਨੂੰ ਇਸ਼ਨਾਨ ਕਰਨ ਦਾ ਉਦਮ ਬਖਸ਼ਿਓ। ਗੁਰੂ ਅਮਰਦਾਸ ਮਹਾਰਜ ਨੇ ਆਪਣੀਆਂ ਕਰਾਮਾਤਾਂ ਸ਼ਕਤੀਆਂ ਦੋਨੇ ਸਿੱਖਾਂ ਨੂੰ ਬਖਸ਼ੀਆਂ। ਕਿਉਂ ਬਖਸ਼ੀਆਂ? ਉਹਨਾਂ ਦੀ ਸੇਵਾ ਦੇ ਕੇ, ਉਹਨਾਂ ਦਾ ਸਮਰਪਣ ਭਾਵ ਦੇ ਕੇ। ਵੀ ਇਹਨਾਂ ਦੇ ਮਨ 'ਚ ਤੇ ਕੋਈ ਹੋਮੇ ਹੈ ਹੀ ਨਹੀਂ, ਕੋਈ ਪਦਾਰਥ ਦੀ ਇੱਛਾ ਨਹੀਂ। ਹੁਣ ਜਿਹਨੂੰ ਪਦਾਰਥਾਂ ਦੀ ਇੱਛਾ, ਜਿਹਨੂੰ ਕਰਾਮਾਤ ਦੇ ਕੇ ਵੀ ਭੇਜਤਾ, ਉਹਨੇ ਕਹਿਣਾ ਯਾਰ ਮੈਂ ਆਪਣੀ ਬੱਲੇ ਬੱਲੇ ਕਰਾ ਲਾ। ਸਾਵਣ ਮਰਗੀ ਦੀ ਸਾਖੀ ਸੁਣੀ ਆ, ਉਹ ਗੁਰੂ ਬਣ ਕੇ ਬਹਿ ਗਏ, ਮੱਥਾ ਟਿਕਾਉਣ ਲੱਗ ਗਏ, ਕਿਉਂਕਿ ਅੰਦਰ ਦੀ ਇੱਛਾ ਖੜੀ ਸੀ। ਸਾਡੀ ਛੋਟੀ ਜਿਹੀ ਵੀ ਇੱਛਾ ਸਾਨੂੰ ਨਰਕ ਦੇ ਦਰਵਾਜ਼ੇ 'ਤੇ ਲੈ ਜਾਂਦੀ ਹੈ।
ਅੰਦਰੋਂ ਅੰਦਰ ਆਈ ਜਾਂਦਾ। ਅੱਜ ਬੰਦੇ ਕੋਲ ਇੱਕ ਪਲਾਟ ਹੈ, ਉਹ ਵੇਚਿਆ, ਮਨ ਚ ਲਾਲਚ ਆ ਗਿਆ, ਕਹਿੰਦਾ ਯਾਰ ਦੋ ਫਲੈਟ ਲੈਣਾ ਕਿਰਾਏ ਤੇ, ਫਿਰ ਲਾਲਚ ਆ ਗਿਆ, ਦੋ ਹੋ ਗਏ, ਹੁਣ ਕਹਿੰਦਾ ਮੈਂ ਪੰਜ ਹੋਰ ਲੈ ਲਾਂ, ਫਲਾਣੀ ਥਾਂ ਜ਼ਮੀਨ ਲੈ ਲਾਂ। ਹੁਣ ਉਹਨੂੰ ਪੁੱਛੋ ਵੀ ਤੇਰੇ ਤੋਂ ਆਰਾਮ ਨਾ ਬਹਿ ਕੇ ਰੋਟੀ ਨੀ ਖਾਧੀ ਜਾਂਦੀ, ਭੁੱਖਾ ਮਰਦਾ ਸੀ, ਲਾਲਚ ਵਿੱਚ ਯਾਰ ਕੇ ਹੁਣ ਇੰਨਾ ਕੁ ਫਸਿਆ ਫਿਰਦਾ, ਕਹਿੰਦਾ ਮੈਂ ਕੀ ਕਰਾਂ, ਮੈਂ ਕਦੇ ਇੱਧਰ ਭੱਜਿਆ ਜਾਂਦਾ, ਕਦੇ ਉੱਧਰ ਭੱਜਿਆ ਜਾਂਦਾ, ਔਲਾਦ ਕਹਿਣਾ ਨੀ ਮੰਨਦੀ। ਜਦੋਂ ਤੈਨੂੰ ਪਤਾ ਵੀ ਤੈਨੂੰ ਪੁੱਛਦਾ ਹੀ ਕੋਈ ਨੀ, ਫਿਰ ਕਿਉਂ ਇਹ ਪ੍ਰੋਬਲਮ ਸਿਰ ਤੇ ਪਾਈ ਜਾਂਦਾ? ਅੱਗੇ ਥੋੜੀਆਂ ਚਿੰਤਾ, ਜੀਵਨ ਵਿੱਚ ਆਨੰਦ ਲੈ, ਜੋ ਤੇਰੇ ਕੋਲ ਹੈ ਉਹਨੂੰ ਕਮਾ ਤੇ ਖਾ ਤੇ ਛਕਾ, ਇਹ ਤੋਂ ਵੱਡਾ ਆਨੰਦ ਕੀ ਹੈ? ਗੁਰੂ ਸਾਹਿਬ ਨੇ ਇਹਨਾਂ ਦੋਨੇ ਸਿੱਖਾਂ ਨੂੰ ਹੁਕਮ ਕੀਤਾ, ਸਿਰ ਤੇ ਹੱਥ ਰੱਖੇ, ਇੱਕ ਇੱਕ ਸਿਰੋ ਪਾਉ ਦੇ ਕੇ ਮਰਦ ਨੇ ਨਵਾਜਿਆ ਭਾਈ ਫਰਈਆ ਤੇ ਭਾਈ ਕਟਾਰਾ ਜੀ ਨੂੰ, ਕਹਿੰਦੇ ਜਾਓ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ, ਜਿਹੜਾ ਯੋਗੀ ਤੁਹਾਡੀ ਸ਼ਰਨ ਆਇਆ, ਜਿਹੜਾ ਤੁਹਾਡੇ ਕੋਲ ਆ ਕੇ ਮਾਫੀ ਮੰਗੂ, ਆਪਣੇ ਔਗਣਾ ਗੁਨਾਹਾਂ ਦੀ ਤੋਬਾ ਕਰੂ, ਉਹਨੂੰ ਕੁਝ ਨਾ ਆਖਿਓ, ਆਣ ਮਿਲੇ ਨਰ ਕਣ ਤੁਮ ਜੋਏ, ਪੂਜੈ ਚਰਨ ਬਿਨੇ ਕਹਿ ਸੋਏ। ਪਾਤਸ਼ਾਹ ਕਹਿੰਦੇ ਜਿਹੜਾ ਵੀ ਤੁਹਾਡੀ ਪੂਜਾ ਕਰਨ ਆਵੇ, ਉਹਨੂੰ ਮਨਾ ਨਾ ਕਰੇ, ਰੋਕਿਓ ਨਾ, ਕਿਉਂਕਿ ਵੇਖੋ ਬੰਦਾ ਸਿੱਧਾ ਕਦੇ ਰੱਬ ਨਾਲ ਨਹੀਂ ਜੁੜਦਾ ਹੁੰਦਾ, ਉਹਨੂੰ ਜੁੜਨ ਵਾਸਤੇ ਕੋਈ ਨਾ ਕੋਈ ਸਹਾਰਾ ਚਾਹੀਦਾ, ਸਿੱਧਾ ਨਹੀਂ ਕੋਈ ਜੁੜਦਾ, ਉਹਨੂੰ ਹੌਲੀ ਹੌਲੀ ਸਹਾਰਾ ਮਿਲਦਾ ਰੱਬ ਨਾਲ ਜੁੜਨ ਵਾਲਾ। ਜਿਹਨੂੰ ਬਾਣੀ ਨੇ ਲਿਖਿਆ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ, ਆਪ ਵਿਚੋਲਾ ਚਾਹੀਦਾ ਨਾ ਕੋਈ, ਜਿਹੜਾ ਮਿਲਾਵੇ ਨੇੜੇ ਕਰੇ। ਸਾਹਿਬ ਕਹਿੰਦੇ ਉਹ ਲੋਕਾਂ ਨੂੰ ਆਦਤਾਂ ਪਈਆਂ ਨੇ, ਉਹਨਾਂ ਯੋਗੀਆਂ ਨੂੰ ਮੱਥੇ ਟੇਕਣ ਡਰ ਡਰ ਕੇ, ਕਿਸੇ ਤੋਂ ਮਾਇਆ ਨੀ ਲੈਣੀ, ਮੱਥਾ ਟਕਾਇਓ ਭਾਵੇਂ, ਪਰ ਉਹਨਾਂ ਨੂੰ ਗੁਰਮਤ ਦਾ ਰੰਗ ਚਾੜ ਦਿਓ, ਆਖੋ ਸਤਨਾਮ, ਉਹਨਾਂ ਦੇ ਜੀਵਨ ਖੁਸ਼ਹਾਲ ਬਣਾ ਦਿਓ, ਉਹਨਾਂ ਦਾ ਭਲਾ ਹੋਵੇ। ਉਹ ਵਿਚਾਰੇ ਰੋ ਰੋ ਕੇ ਜ਼ਿੰਦਗੀ ਕੱਟਦੇ ਆ, ਨਰਕ ਬਣੀ ਪਈ ਉਹਨਾਂ ਦੀ। ਭਾਈ ਫਰਈਆ ਤੇ ਭਾਈ ਕਟਾਰਾ ਜੀ ਨੂੰ ਸਤਿਗੁਰਾਂ ਨੇ ਥਾਪੜਾ ਦੇ ਕੇ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜੇ ਆਏ। ਸੱਚੇ ਪਾਤਸ਼ਾਹ ਨੇ ਇੱਕ ਤੇ ਰਸਨਾ ਤੇ ਬਚਨ ਉਹ ਬਖਸ਼ਦੇ, ਤੇ ਫਿਰ ਕਿਹਾ ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਹਨ, ਸਤਨਾਮ ਵਾਹਿਗੁਰੂ ਦੇ ਮੰਤਰ ਦਾ ਜਾਪ ਕਰਾਇਓ, ਦੁਨੀਆਂ ਦਾ ਪਾਪ ਤੇ ਰੋਗ ਕਿਸੇ ਦੇ ਤਨ ਤੇ ਵੀ ਨਹੀਂ ਰਹਿਣਾ, ਆਖੋ ਸਤਨਾਮ। ਇੰਨੀਆਂ ਬਖਸ਼ਿਸ਼ਾਂ ਦੇ ਕੇ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖਾਂ ਨੂੰ ਭੇਜਿਆ, ਕਿ ਉਹ ਸਿੱਖ ਬੜੇ ਮਹਾਨ ਸੀ, ਭਾਈ ਫਰਈਆ ਤੇ ਭਾਈ ਕਟਾਰਾ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਨਾਮ ਆਉਂਦਾ ਹੈ। ਮੰਗਿਆ ਨੀ ਕੁਛ, ਦੇਖੋ ਰੱਬ ਜੀ ਬਿਨਾਂ ਮੰਗਿਆ ਕਿ ਨਾ ਦੇ ਦਿੰਦੇ ਆ। ਬੰਦਿਆ ਕਦੇ ਆਪਣੀਆਂ ਮੰਗਾਂ ਨੂੰ ਸੰਕੋਚ ਕੇ ਉਹਦੇ ਦਰ ਤੇ ਬੈਠ ਕੇ ਵੇਖ, ਉਹ ਤੇਰੇ ਲਈ ਭੰਡਾਰੇ ਲਈ ਬੈਠਾ, ਤੂੰ ਹੀ ਬੇਈਮਾਨ ਹੋਇਆ ਫਿਰਦਾ ਵੀ ਬਸ ਮੈਨੂੰ ਇੰਨਾ ਹੀ ਚਾਹੀਦਾ, ਮੈਨੂੰ ਆਹ ਚਾਹੀਦਾ, ਉਹਦੇ ਕੋਲ ਬੈਠ ਕੇ ਵੇਖ, ਉਹਨੂੰ ਆਪਣਾ ਬਣਾ ਕੇ ਵੇਖ, ਬਿਨਾਂ ਮੰਗਿਆ ਤੈਨੂੰ ਉਹਨੇ ਬੜਾ ਕੁਝ ਬਖਸ਼ ਦੇਣਾ ਹੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।